लो जी, आज फिर गल करिए बाबा नानक दे। हाँ जी, बाबा नानक से गल करनी बहुत जरूरी है। ओदी वजह यह है कि पंजाब दा जिहड़ा विचारधारा है पूरे पंजाब दा, उहदे विच बाबा नानक जिहड़ा है ओदी थां बहुत ही उच्ची है। जिहड़ा अफसोस दी गल है ਉਹ ਇਹ ਹੈਗੀ ਹੈ ਕਿ ਚੂੰਕਿ ਬਾਬੇ ਨਾਨਕ ਦਾ ਨਾਂ ਸਿਰਫ ਸਿੱਖ ਮਤ ਨਾਲ ਜੁੜ ਗਿਆ, ਇਸ ਲਈ ਬਹੁਤ ਸਾਰੇ ਜਿਹੜੇ ਦੂਜੇ ਮਜ਼ਹਬਾਂ ਦੇ ਪੰਜਾਬੀ ਸਨ, ਖਾਸ ਤੌਰ 'ਤੇ ਮੁਸਲਮਾਨ ਜਿਹੜੇ ਸਨ, ਉਹਨਾਂ ਨੇ ਬਾਬੇ ਨਾਨਕ ਨੂੰ ਨਹੀਂ ਪੜ੍ਹਿਆ। 1947 ਤੋਂ ਪਹਿਲੇ ਤਾਂ ਪੜ੍ਹਿਆ ਜਾਂਦਾ ਸੀ ਗੁਰੂ ਨਾਨਕ, ਕਿਉਂਕਿ ਜਿਹੜੀ ਜਪੁਜੀ ਹੈ ਉਹਦਾ ਤਰਜਮਾ ਖਾਜਾ ਦਿਲ ਮੁਹੰਮਦ ਨੇ ਉਰਦੂ ਦੇ ਵਿੱਚ ਕੀਤਾ, ਔਰ ਜਿਨ੍ਹਾਂ ਨੇ ਪੜ੍ਹਿਆ ਉਸ ਤਰਜਮੇ ਨੂੰ, ਸਿੱਖਾਂ ਨੇ ਵੀ, ਉਹਨਾਂ ਨੇ ਵੀ ਕਿਹਾ ਕਿ ਜੀ ਇਹਦੇ ਨਾਲ ਅੱਛਾ ਤਰਜਮਾ ਨਹੀਂ ਸੀ ਹੋ ਸਕਦਾ। ਇਸ ਵਾਸਤੇ ਇਹਦਾ ਮਤਲਬ ਹੈ ਕਿ ਪਹਿਲੇ ਉਹ ਪੜ੍ਹਿਆ ਜਾਂਦਾ ਸੀ ਲੇਕਿਨ ਬਾਅਦ 'ਚੋਂ ਨਹੀਂ ਪੜ੍ਹਿਆ ਗਿਆ, ਔਰ ਉਹ ਲੇਕਿਨ ਇਹ ਹੈ ਕਿ ਅੱਛੀ ਗੱਲ ਇਹਦੇ ਵਿੱਚ ਇਹ ਹੈਗੀ ਹੈ ਕਿ ਪਿਛਲੇ 10-12 ਸਾਲ 'ਚ ਮੈਂ ਵੇਖਿਆ ਕਿ ਬਾਬੇ ਨਾਨਕ ਨੂੰ ਪੜ੍ਹਿਆ ਜਾ ਰਿਹਾ ਪਾਕਿਸਤਾਨੀ ਪੰਜਾਬ ਦੇ ਸੂਝਵਾਨਾਂ ਦੇ ਵਿੱਚ। ਉਹਦੇ ਵਿੱਚ ਅਸੀਂ ਵੀ ਇੱਕ ਥੋੜ੍ਹਾ ਜਿਹਾ ਹਿੱਸਾ ਪਾਇਆ ਸੀ ਬਹੁਤ ਸ਼ੁਰੂ 'ਚ 10 ਸਾਲ ਪਹਿਲੇ, ਕਿ ਅਸੀਂ ਕਲਾਮ ਬਾਬਾ ਨਾਨਕ, ਪੂਰੀ ਬਾਬੇ ਨਾਨਕ ਦੀ ਕੁਲੈਕਸ਼ਨ ਜਿਹੜੀ ਸੀ ਉਹਨੂੰ ਸ਼ਾਹਮੁਖੀ ਸਕ੍ਰਿਪਟ ਦੇ ਵਿੱਚ ਛਾਪਿਆ ਸੀਗਾ, ਅੱਛਾ ਅਤੇ ਉਹ ਮਿਲਦੀ ਵੀ ਹੈ ਪਾਕਿਸਤਾਨ 'ਚ, ਅਗਰ ਕਿਸੇ ਨੇ ਲੈਣੀ ਹੋਵੇ ਉਹ ਮਿਲਦੀ ਵੀ ਹੈ। ਉਹ ਅਸੀਂ ਬੜੀ ਥੋੜ੍ਹੀ ਕੀਮਤ ਦੇ ਉੱਤੇ ਵੇਚੀ ਸੀਗੀ, ਕਿਉਂਕਿ ਕੋਈ 2000 ਸਫ਼ੇ ਦੀ ਵੱਡੇ ਸਾਈਜ਼ ਦੀ ਕਿਤਾਬ ਸੀਗੀ ਉਹ। ਬਾਬਾ ਨਾਨਕ ਜਿਹੜਾ ਨਾ ਉਹ ਇਹ ਬਾਬਾ ਨਾਨਕ ਜਿਹੜਾ ਹੈ ਉਹ ਵੈਸੇ ਤਾਂ ਉਹਨੂੰ ਆਮ ਸੂਫੀ ਭਗਤਾਂ ਦੀ ਜਿਹੜੀ ਲੜੀ ਹੈ ਉਹਦੇ ਵਿੱਚ ਪੁਰਾਇਆ ਜਾਂਦਾ ਹੈ, ਔਰ ਸਹੀ ਗੱਲ ਵੀ ਹੈਗੀ ਹੈ ਕਿ ਉਸੇ ਲੜੀ ਦੇ ਉਹ ਸ਼ਾਇਰ ਸਨ। ਪਰ ਬਾਬਾ ਨਾਨਕ ਜਿਹੜੇ ਨੇ ਉਹ ਸਿਰਫ ਸ਼ਾਇਰ ਹੀ ਨਹੀਂ ਸਨ, ਬਾਬਾ ਨਾਨਕ 'ਚ ਵਾਧਾ ਇਹ ਸੀ ਕਿ ਉਹ ਇੱਕ ਫਿਲਾਸਫਰ ਵੀ ਸਨ, ਉਹ ਇੱਕ ਪੋਲੀਟੀਕਲ ਕਮੈਂਟੇਟਰ ਵੀ ਸਨ, ਇੱਕ ਹਿਸਟੋਰੀਅਨ ਵੀ ਸਨ। ਬਾਕੀ ਜਿਹੜੇ ਸਾਡੇ ਕਲਾਸੀਕਲ ਪੋਇਟਸ ਨੇ ਉਹ ਸਿਆਣਤ ਜਾਂ ਰਮਜ਼ 'ਤੇ ਮਾਰਦੇ ਨੇ ਹਿਸਟਰੀ ਵੱਲ ਜਾਂ ਸਿਆਸਤ ਵੱਲ ਜਾਂ ਦੂਜੀਆਂ ਗੱਲਾਂ ਵੱਲ, ਲੇਕਿਨ ਉਹ ਖੁੱਲ੍ਹ ਕੇ ਕਮੈਂਟ ਨਹੀਂ ਕਰਦੇ। ਬਾਬੇ ਨਾਨਕ ਦੀ ਜਿਹੜਾ ਵਾਧਾ ਹੈਗਾ ਉਹ ਇਹ ਹੈਗਾ ਕਿ ਉਹ ਖੁੱਲ੍ਹ ਕੇ ਕਮੈਂਟ ਕਰਦਾ। ਅਗਰ ਉਹ ਬਾਬਰ ਨੇ ਹਮਲਾ ਕੀਤਾ ਹੈ ਤਾਂ ਉਹਨੇ ਉੱਤੇ ਖੁੱਲ੍ਹ ਕੇ ਕਮੈਂਟ ਕਰਨਾ ਹੈ ਕਿ ਇਹਦਾ ਇੰਪੈਕਟ ਕੀ ਹੋਇਆ, ਠੀਕ ਹੈ, ਮੁਖਤਲਿਫ ਹਿੱਸਿਆਂ ਦੇ ਇਹਦਾ ਇੰਪੈਕਟ ਕੀ ਹੋਇਆ, ਉਹ ਤੁਹਾਨੂੰ ਹੋਰ ਕਿਸੇ ਤਾਰੀਖਦਾਨ ਦੇ ਵਿੱਚ ਜਾਂ ਹੋਰ ਈਵਨ ਕਿਸੇ ਕਲਾਸੀਕਲ ਪੋਇਟ ਦੇ ਵਿੱਚ ਇਨਡਾਇਰੈਕਟਲੀ ਰਮਜ਼ ਤਾਂ ਮਿਲ ਜਾਏਗੀ ਲੇਕਿਨ ਤੁਹਾਨੂੰ ਡਾਇਰੈਕਟ ਨਹੀਂ ਮਿਲੇਗਾ। ਇਸ ਲਈ ਮੈਂ ਇਹ ਕਹਿੰਦਾ ਹੈ ਕਿ ਬਾਬੇ ਨਾਨਕ ਨੂੰ ਪੜ੍ਹੇ ਬਗੈਰ ਪੰਜਾਬ ਦੀ ਵਿਚਾਰਧਾਰਾ ਨੂੰ ਸਮਝਣਾ ਨਾਮੁਮਕਿਨ ਹੈ। ਅੱਛਾ, ਹਾਂ, ਉਸ ਤੋਂ ਬਗੈਰ ਮੁਮਕਿਨ ਨਹੀਂ ਹੈਗਾ ਕਿ ਅਗਰ ਤੁਸੀਂ ਉਹਨੂੰ ਨਹੀਂ ਪੜ੍ਹੋ। ਪੰਜਾਬ ਦੀ ਜਿਹੜੀ ਤਾਰੀਖ ਹੈ ਉਹਨੂੰ ਲੋਕਾਂ ਦੇ ਪੱਖ ਨਾਲ ਵੇਖਣਾ, ਇੱਕ ਤਾਂ ਨਾ ਜਿਹੜੀਆਂ ਤਾਰੀਖਾਂ ਸਰਕਾਰੀ ਲਿਖੀਆਂ ਗਈਆਂ ਨੇ, ਦਰਬਾਰੀ ਲਿਖੀਆਂ ਗਈਆਂ ਨੇ, ਇੱਕ ਦੋ ਤਾਰੀਖਾਂ ਨੇ, ਇੱਕ ਉਹ ਤਾਰੀਖ ਜਿਹੜੀ ਕਿ ਲੋਕਾਂ ਦੀ ਤਾਰੀਖ ਹੈ ਕਿ ਲੋਕਾਂ ਨਾਲ ਕੀ ਹੋ ਰਿਹਾ ਸੀ। ਤੁਸੀਂ ਜੇ ਪੜ੍ਹਦੇ ਹੋ ਨਾ ਜੀ, ਇੱਕ ਪਾਸੇ ਇਬਰਾਹਿਮ ਲੋਧੀ ਸੀ ਅਤੇ ਦੂਸਰੇ ਪਾਸੇ ਬਾਬਰ ਸੀ, ਅਤੇ ਬਾਬਰ ਨੇ ਉੱਤੇ ਫਤਿਹ ਪਾ ਲਈ, ਠੀਕ ਹੈ, ਔਰ ਬਾਬਰ ਬਾਦਸ਼ਾਹ ਬਣ ਗਿਆ। ਤੁਸੀਂ ਇੰਨੀ ਕਹਾਣੀ ਪੜ੍ਹ ਕੇ ਅੱਗੇ ਤੁਰ ਪੈਂਦੇ ਹੋ, ਠੀਕ ਹੈ, ਉਹਦੇ ਕੋਲ ਕਿੰਨੇ ਹਾਥੀ ਸਨ, ਉਹਦੇ ਕੋਲ ਕਿੰਨੇ ਘੋੜੇ ਸਨ, ਵਗੈਰਾ ਵਗੈਰਾ, ਪਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਉਸ ਲੜਾਈ ਵਿੱਚ ਲੋਕਾਂ ਨਾਲ ਕੀ ਹੋਇਆ।
ਇਹ ਬਾਬਾ ਨਾਨਕ ਦੱਸਦਾ। ਇਸ ਲਈ ਮੈਂ ਕਹਿੰਦਾ ਕਿ ਬਾਬਾ ਨਾਨਕ ਨੂੰ ਪੜ੍ਹੇ ਬਗੈਰ ਤੁਸੀਂ ਨਾ ਲੋਕਾਂ ਦੀ ਹਿਸਟਰੀ ਜਾਣ ਸਕਦੇ ਹੋ, ਨਾ ਤੁਸੀਂ ਵਿਚਾਰਧਾਰਾ ਕਿਵੇਂ ਵਧੀ ਉਹਨੂੰ ਜਾਣ ਸਕਦੇ ਹੋ। ਫਿਰ ਦੂਜੀ ਗੱਲ ਇਹ ਹੈਗੀ ਹੈ ਕਿ ਪੰਜਾਬੀ ਦਾ ਪਹਿਲਾ ਜਿਹੜਾ ਸ਼ਾਇਰ ਸੀ ਉਹ ਬਾਬਾ ਫਰੀਦ ਸੀ, ਠੀਕ ਜੀ, ਉਹਨਾਂ ਦੀ 13ਵੀਂ ਸਦੀ ਦੇ ਵਿੱਚ ਗੁਜ਼ਰ ਗਏ ਸਨ ਉਹ ਜੀ, ਹਾਂ ਬਿਲਕੁਲ। ਉਸ ਤੋਂ ਬਾਅਦ ਬਾਬਾ ਨਾਨਕ ਪੈਦਾ ਹੋਇਆ 15 ਅਪ੍ਰੈਲ 1469 ਨੂੰ, ਸਮਝ ਲਓ 15ਵੀਂ ਸਦੀ ਦੇ ਵਿੱਚ। ਸੋ ਵਿੱਚ ਤਕਰੀਬਨ 2 ਸਦੀਆਂ ਦੋ ਫਰਕ ਆ ਜਾਂਦਾ ਦਾ ਫਰਕ ਆ ਗਿਆ ਅਤੇ 2 ਸਦੀਆਂ ਦੇ ਵਿੱਚ ਸਾਨੂੰ ਕੋਈ ਵੱਡਾ ਵਿਚਾਰ ਵਾਨ ਜਾਂ ਕੋਈ ਸੂਝ ਕੋਈ ਨਹੀਂ ਮਿਲਦਾ, ਸਾਨੂੰ ਨਹੀਂ ਲੱਭਦਾ। ਔਰ ਮੇਰਾ ਪਹਿਲਾ ਸਵਾਲ ਇਹੀ ਸੀ ਕਿ ਬਾਬਾ ਫਰੀਦ ਤੋਂ ਜੋ ਕਿ ਦੂਸਰਾ ਜਿਹੜਾ ਹੈ ਉਹ ਬਾਬਾ ਨਾਨਕ ਦਾ ਨਾਂ ਆਉਂਦਾ ਹੈ, ਅਤੇ ਇਹ ਵਿੱਚ ਜਿਹੜਾ ਪੀਰੀਅਡ ਹੈ ਇਹਦੇ ਵਿੱਚ ਕੀ ਹੋਇਆ? ਮੇਰਾ ਖਿਆਲ ਹੈ ਇਹ ਇਹਦੇ ਵਿੱਚ ਇਹ ਇੱਕ ਡਿਕੇ ਦਾ ਪੀਰੀਅਡ ਹੈ। ਵੈਸੇ ਵੀ ਹਰ ਪਾਸਿਓਂ ਡਿਕੇ ਦਾ ਪੀਰੀਅਡ ਹੈ। ਜਿਹੜੀ ਮੁਸਲਮਾਨਾਂ ਦੇ ਆਉਣ ਦੇ ਨਾਲ ਥੋੜ੍ਹੀ ਬਹੁਤ ਤਬਦੀਲੀ ਆਈ ਸੀ, ਉਹ ਜਿਹੜੀ ਹੈ ਉਹ ਹੌਲੀ 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 ਉਹਦਾ ਅਸਰ ਮੁੱਕ ਗਿਆ ਔਰ ਜਿਹੜਾ ਕਲਚਰ ਹੈ ਉਹ ਡਿਕੇ ਹੁੰਦਾ ਗਿਆ, ਖਰਾਬ ਹੁੰਦਾ ਗਿਆ, ਦੱਸਦਾ ਗਿਆ ਥੱਲੇ। ਅਤੇ ਮੇਰਾ ਖਿਆਲ ਉਹਦੇ ਵਿੱਚ ਕੋਈ ਬਹੁਤ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ। ਨਹੀਂ ਤਾਂ ਜੇ ਜੇ ਸ਼ਾਹ ਹੁਸੈਨ ਦੀ ਪੋਇਟਰੀ ਰਹਿ ਗਈ 16ਵੀਂ ਸਦੀ ਦੇ ਸ਼ਾਇਰ ਦੀ, ਉਹਨਾਂ ਦੀ ਸ਼ਾਇਰੀ ਰਹਿ ਗਈ, ਅਤੇ ਜੇ ਕੋਈ ਉਸ ਪੀਰੀਅਡ 'ਚ ਵੀ ਐਡਾ ਵੱਡਾ ਸ਼ਾਇਰ ਹੁੰਦਾ ਤਾਂ ਸ਼ਾਇਦ ਉਹਦੀ ਵੀ ਸ਼ਾਇਰੀ ਰਹਿ ਜਾਂਦੀ। ਠੀਕ ਹੈ, ਭਗਤ ਕਬੀਰ ਦੀ ਸ਼ਾਇਰੀ ਵੀ ਤਾਂ ਰਹਿ ਗਈ ਨਾ। ਹਾਂਜੀ ਹਾਂਜੀ, ਇਹ ਮਤਲਬ ਉਸ ਇਹ ਕਹਿ ਸਕਦੇ ਕਿ ਉਸ ਪੀਰੀਅਡ 'ਚ ਕੋਈ ਸ਼ਾਇਰ ਐਸਾ ਨਹੀਂ ਆਇਆ ਜੋ ਜੋ ਸਿਗਨੀਫੀਕੈਂਟ ਕੰਮ ਸਾਡੇ ਸਾਹਮਣੇ ਨਹੀਂ ਆਇਆ। ਔਰ ਐਸੀਆਂ ਸਦੀਆਂ ਗੁਜ਼ਰਦੀਆਂ ਨੇ ਮੇਰਾ ਖਿਆਲ ਹੈ ਕਿ ਜਿਨ੍ਹਾਂ ਵਿੱਚ ਕੋਈ ਵੱਡਾ ਲਿਖਣ ਵਾਲਾ ਨਹੀਂ ਆਉਂਦਾ। ਮਿਸਾਲ ਦੇ ਤੌਰ 'ਤੇ ਤੁਸੀਂ ਵੈਸਟਰਨ ਵਰਲਡ ਨੂੰ ਹੀ ਲੈ ਲਓ, ਪਿਛਲੇ 50 ਸਾਲਾਂ ਦੇ ਵਿੱਚ ਕੋਈ ਵੱਡਾ ਲਿਖਣ ਵਾਲਾ ਨਹੀਂ ਆਇਆ। ਮਤਲਬ ਜਿਹੜੇ ਹੈ ਨੇ ਉਹ 50 ਸਾਲ ਪੁਰਾਣੇ ਨੇ, ਠੀਕ ਹੈ, ਜਾਂ ਉਸ ਨਸਲ ਦੇ ਨੇ ਜਿਹੜੇ 50 ਸਾਲ ਪੁਰਾਣੀ ਨਸਲ ਸੀ। ਸੋ ਮਤਲਬ ਇਹ ਹੈ ਕਿ ਇਹ ਉਹ ਪੀਰੀਅਡ ਸੀ ਜਿਸ ਤੋਂ ਬਾਅਦ ਬਾਬਾ ਨਾਨਕ ਆਇਆ ਔਰ ਉਹਨੇ ਦੁਬਾਰਾ ਤੋਂ ਇੱਕ ਵਿਚਾਰਧਾਰਾ ਦੀ ਜਿਹੜੀ ਲਹਿਰ ਸੀ ਉਹਨੂੰ ਪੈਦਾ ਕੀਤਾ। ਬਾਬਾ ਨਾਨਕ ਜਿਹੜੇ ਨੇ ਇਹ ਜਿਵੇਂ ਮੈਂ ਪਹਿਲੇ ਦੱਸ ਚੁੱਕਿਆ ਕਿ 15 ਅਪ੍ਰੈਲ 1469 ਨੂੰ ਜੰਮੇ ਸਨ, ਅਤੇ ਇਹ ਜੰਮੇ ਸਨ ਰਾਏ ਭੋਏ ਦੀ ਤਲਵੰਡੀ ਵਿੱਚ, ਜਿਹਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਨੇ ਜੀ। ਇਹਨਾਂ ਦੇ ਪਿਓ ਦਾ ਨਾਂ ਸੀਗਾ ਆਪਣਾ, ਮੈਨੂੰ ਭੁੱਲ ਰਿਹਾ, ਮੈਂ ਦੇਖ ਕੇ ਦੱਸਣਾ, ਮੈਂ ਤਾਂ ਕਲਿਆਣ ਦਾਸ, ਅਤੇ ਉਂਝ ਵੈਸੇ ਉਹਨਾਂ ਦਾ ਨਾਂ ਕਿਹਾ ਕਾਲੂ ਮਹਿਤਾ, ਕਾਲੂ ਮਹਿਤਾ। ਇਹਨਾਂ ਦੀ ਮਾਂ ਦਾ ਨਾਂ ਤ੍ਰਿਪਤੀ ਦੇਵੀ ਸੀਗਾ, ਅਤੇ ਇਹ ਉਹ ਜਿਹੜਾ ਰਾਏ ਭੋਏ ਦੀ ਤਲਵੰਡੀ ਦਾ ਜਿਹੜਾ ਮਾਲਕ ਸੀ ਰਾਏ ਭੁੱਲਰ ਦਾਸ, ਉਹ ਨਵਾਂ ਨਵਾਂ ਮੁਸਲਮਾਨ ਹੋਇਆ ਸੀ, ਅਤੇ ਉਹਨੂੰ ਰਾਏ ਬਲਾਲ ਭੱਟੀ ਵੀ ਕਹਿੰਦੇ ਨੇ। ਵੈਸੇ ਰਾਏ ਭੁੱਲਰ ਭੱਟੀ ਹੈ ਉਹ, ਲੇਕਿਨ ਰਾਏ ਬਲਾਲ ਭੱਟੀ ਵੀ ਉਹਨੂੰ ਕਹਿੰਦੇ ਨੇ। ਉਹਦੇ ਪਟਵਾਰੀ ਤਰ੍ਹਾਂ ਦੇ ਇੱਕ ਅਹਿਲਕਾਰ ਸਨ। ਸੋ ਬਾਬੇ ਨਾਨਕ ਨੂੰ ਜਿਹੜਾ ਸਿਸਟਮ ਹੈ, ਰੈਵਨਿਊ ਸਿਸਟਮ ਜਿਹੜਾ ਹੈ, ਕਿਉਂਕਿ ਘਰ ਦੇ ਵਿੱਚ ਪਟਵਾਰੀ ਦੇ ਪੁੱਤਰ ਸਨ, ਪੂਰੀ ਜਾਣਕਾਰੀ ਸੀ ਉਹਦੀ, ਪੂਰੀ ਪੂਰੀ ਉਹਦੀ ਪੂਰੀ ਜਾਣਕਾਰੀ ਸੀ। ਇਹਨਾਂ ਦੀ ਜਿਹੜੀ ਭੈਣ ਸੀਗੀ ਉਹ ਸੀ ਬੀਬੀ ਨਾਨਕੀ। ਬੀਬੀ ਨਾਨਕੀ ਦਾ ਜਿਹੜਾ ਵਿਆਹ ਹੋਇਆ ਉਹ ਹੋਇਆ ਜੈ ਰਾਮ ਨਾਲ, ਜਿਹੜਾ ਕਿ ਸੁਲਤਾਨਪੁਰ ਦੇ ਜਿਹੜਾ ਨਵਾਬ ਸੀ ਦੌਲਤ ਖਾਨ ਲੋਧੀ।
ਸੁਲਤਾਨਪੁਰ ਲੋਧੀ ਦਾ ਜਿਹੜਾ ਜਿਹੜਾ ਸੀ ਨਵਾਬ ਦੌਲਤ ਖਾਂ ਲੋਧੀ, ਉਹਦਾ ਉਹਦਾ ਮੁਲਾਜ਼ਮ ਸੀਗਾ, ਮੋਦੀ ਸੀ ਉਹਦਾ, ਯਾਨੀ ਸਟਿਊਵਰਟ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਸੀ। ਅਤੇ ਗੁਰੂ ਨਾਨਕ ਹੋਰੀ ਜਿਹੜੇ ਨੇ ਉਹ ਜ਼ਾਹਰ ਗੱਲ ਹੈ, ਮੇਰਾ ਖਿਆਲ ਹੈ ਕਿ ਜਿਹੜੀ ਰਾਏ ਬਹੋਏ ਦੀ ਤਲਵੰਡੀ ਹੈ ਉੱਥੇ ਕੋਈ ਪੜ੍ਹਾਈ ਲਿਖਾਈ ਦਾ ਕੋਈ ਓਨਾ ਚੰਗਾ ਬੰਦੋਬਸਤ ਨਹੀਂ ਸੀ ਹੈਗਾ, ਪ੍ਰਬੰਧ ਨਹੀਂ ਸੀ ਹੈਗਾ। ਅਤੇ ਸੁਲਤਾਨਪੁਰ ਜਿਹੜਾ ਸੀ ਉਹ ਉਸ ਵੇਲੇ ਬਹੁਤ ਵੱਡੀ ਥਾਂ ਸੀ, ਜਿਹੜੀ ਮਤਲਬ ਇਹ ਹੈ ਕਿ ਬਹੁਤ ਸੈਂਟਰਲ ਜਗ੍ਹਾ ਸੀ, ਬਲਕਿ ਦੌਲਤ ਖਾਂ ਲੋਧੀ ਜਿਹੜਾ ਸੀਗਾ ਉਹ ਸੁਲਤਾਨਪੁਰ ਤੋਂ ਜਿਹੜਾ ਹੈ ਉਹ ਸਹਾਰਨਪੁਰ ਅਤੇ ਪੰਜਾਬ ਦੇ ਦੋਨੋਂ ਸੂਬੇ ਜਿਹੜੇ ਨੇ ਉਹਨਾਂ ਦੋਵਾਂ ਨੂੰ ਤਕਰੀਬਨ ਕੰਟਰੋਲ ਕਰਦਾ ਸੀ। ਅੱਛਾ, ਇਹ ਉਹੀ ਹੋਇਆ, ਟ੍ਰੇਡ ਰਾਊਟ ਹੋਇਆ ਨਾ ਫਿਰ। ਹਾਂਜੀ, ਅਤੇ ਦੌਲਤ ਖਾਂ ਲੋਧੀ ਫਿਰ ਪਹਿਲਾਂ ਪੰਜਾਬ ਦਾ ਗਵਰਨਰ ਵੀ ਮੁਕਰਰ ਹੋਇਆ। ਹਾਂਜੀ, ਠੀਕ ਹੈ। ਸੋ ਉਹ ਉਹਨਾਂ ਦਾ ਮੁਲਾਜ਼ਮ ਸੀ, ਅਤੇ ਗੁਰੂ ਨਾਨਕ ਜਿਹੜਾ ਹੈ ਉਹਨਾਂ ਦੀ ਬਹੁਤੀ ਜਿਹੜੀ ਐਜੂਕੇਸ਼ਨ ਹੈ ਔਰ ਉਹਨਾਂ ਦੀ ਪੜ੍ਹਾਈ ਲਿਖਾਈ ਜਿਹੜੀ ਹੈ ਉਹ ਸੁਲਤਾਨਪੁਰ ਦੇ ਵਿੱਚ ਹੋਈ। ਬਾਈ ਦਾ ਵੇ ਤੁਹਾਨੂੰ ਇਹ ਵੀ ਦੱਸਦਾ ਜਾਵਾਂ ਕਿ ਉੱਥੇ ਇੱਕ ਬਹੁਤ ਵੱਡਾ ਮਦਰਸਾ ਸੀ ਮੌਲਾਨਾ ਅਬਦੁੱਲਾ ਦਾ, ਜਿਹਦੇ ਵਿੱਚ ਕਿ ਔਰੰਗਜ਼ੇਬ ਵੀ ਪੜ੍ਹਿਆ, ਔਰੰਗਜ਼ੇਬ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਪੜ੍ਹਿਆ ਹੈ। ਇਸ ਵਾਸਤੇ ਇਹ ਤੁਸੀਂ ਹੈਰਾਨ ਹੋਵੋਗੇ ਕਿ ਇਹ ਕਾਫੀ ਇਹਦਾ ਅਮਕਾਨ ਹੈ ਕਿ ਔਰੰਗਜ਼ੇਬ ਨੂੰ ਪੰਜਾਬੀ ਕਲਚਰ ਔਰ ਪੰਜਾਬੀ ਜ਼ੁਬਾਨ ਦਾ ਇਲਮ ਸੀਗਾ। ਅਤੇ ਮਤਲਬ ਇਹ ਇੱਕ ਆਮ ਲੋਕ ਨਹੀਂ ਜਾਣਦੇ ਕਿ ਉਹਦੀ ਤਾਲੀਮ ਕਿੱਥੇ ਹੋਈ। ਅੱਛਾ, ਲੇਕਿਨ ਕਿਆ ਇਹ ਅਸੀਂ ਕਹਿ ਸਕਦੇ ਹਾਂ, ਔਰ ਇਹ ਮੇਰਾ ਸਿਰਫ ਇੱਕ ਸਵਾਲ ਹੀ ਹੈ, ਮਤਲਬ ਕਿ ਹੋ ਸਕਦਾ ਕਿ ਬਹੁਤ ਬਹੁਤ ਸਾਰੀ ਗਲਤੀ ਵੀ ਹੋਏ, ਲੇਕਿਨ ਕਿਆ ਕਿਹਾ ਜਾ ਸਕਦਾ ਕਿ ਉਹ ਜਿਹੜਾ ਸਕੂਲ ਸੀ ਉਹ ਇੱਕ ਐਲੀਟ ਦਾ ਸਕੂਲ ਸੀ, ਕਿਉਂਕਿ ਬਾਬਾ ਨਾਨਕ ਵੀ ਇੱਕ ਵੱਡੇ ਖਾਂਦੇ ਪੀਂਦੇ ਘਰ ਪੈਦਾ ਹੋਏ ਔਰ ਔਰੰਗਜ਼ੇਬ ਵੀ ਮਤਲਬ ਹੈ ਕਿ ਅਤੇ ਉਹਨਾਂ ਦਾ ਉਸ ਸਕੂਲੇ ਜਾਣਾ ਦਾ ਮਤਲਬ ਹੈ ਕਿ ਉਹ ਇੱਕ ਅਲੀਟ ਸਕੂਲ ਹੋਏਗਾ, ਔਰ ਉਸ ਅਲੀਟ ਸਕੂਲ ਵਿੱਚ ਮਤਲਬ ਹੋ ਸਕਦਾ ਕਿ ਸਿਰਫ ਫਾਰਸੀ ਪੜ੍ਹਾਈ ਜਾਂਦੀ ਹੋਏ। ਨਹੀਂ, ਉਹ ਨਹੀਂ ਹੈਗਾ, ਮੈਂ ਇਹ ਨਹੀਂ ਕਹਿ ਰਿਹਾ ਕਿ ਬਾਬਾ ਨਾਨਕ ਵੀ ਮੌਲਾਨਾ ਅਬਦੁੱਲਾ ਦੇ ਸਕੂਲ 'ਚ ਪੜ੍ਹਦਾ ਸੀ, ਬਲਕਿ ਬਾਬੇ ਨਾਨਕ ਦਾ ਮੈਂ ਸਿਰਫ ਇਹ ਕਿਹਾ ਕਿ ਔਰੰਗਜ਼ੇਬ ਮੌਲਾਨਾ ਅਬਦੁੱਲਾ ਦੇ ਸਕੂਲ 'ਚ ਪੜ੍ਹਦਾ, ਠੀਕ ਹੈ। ਉਹ ਬਲਕਿ ਬਾਬੇ ਨਾਨਕ ਲਈ ਮਸਲਾ ਇਹ ਸੀ ਕਿ ਉਹ ਇਸਲਾਮ ਦੇ ਬਾਰੇ 'ਚ ਪੜ੍ਹਨਾ ਚਾਹੁੰਦਾ ਸੀ, ਅਤੇ ਲੇਕਿਨ ਇਹ ਮਦਰਸੇ ਜਿਹੜੇ ਆ ਉਹ ਹਿੰਦੂਆਂ ਨੂੰ ਪੜ੍ਹਾਉਂਦੇ ਨਹੀਂ ਸਨ, ਅਤੇ ਫਿਰ ਬਾਬੇ ਨਾਨਕ ਨੇ ਇਨਫਾਰਮਲ ਤਰੀਕੇ ਲੱਭੇ ਸਨ ਮੁਸਲਮਾਨ ਆਪਣਾ ਇਸਲਾਮ ਦੇ ਬਾਰੇ ਜਾਣਨ ਦੇ, ਔਰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਇਸ ਹੱਦ ਤੱਕ ਵੀ ਚਲੇ ਜਾਂਦੇ ਸਨ ਕਿ ਮੁਸਲਮਾਨਾਂ ਨਾਲ ਖਲੋ ਕੇ ਨਮਾਜ਼ ਬਾ ਜਮਾਤ ਵੀ ਪੜ੍ਹ ਲੈਂਦੇ ਸੀ। ਬਿਲਕੁਲ ਠੀਕ ਹੈ, ਠੀਕ ਹੈ, ਠੀਕ ਹੈ। ਸੋ ਮਤਲਬ ਇਹ ਹੈ ਕਿ ਉਹ ਸਭ ਤੋਂ ਜ਼ਿਆਦਾ ਦੋਸਤੀ ਵੀ ਇੱਕ ਮੁਸਲਮਾਨ ਦੇ ਨਾਲ। ਹਾਂਜੀ, ਮਤਲਬ ਇਹ ਹੈ ਕਿ ਜਿਹੜਾ ਬਾਅਦ 'ਚ ਭਾਈ ਮਰਦਾਨਾ ਵੀ ਜਿਹੜਾ ਮੁਸਲਮਾਨ ਸੀ, ਜਿਹੜਾ ਕਿ ਆਪਦੇ ਨਾਲ ਸਾਰੀ ਉਮਰ ਰਿਹਾ, ਆਪਦਾ ਯਾਰ ਵੀ ਸਮਝ ਲਓ, ਆਪਦਾ ਖਿਦਮਤਗਾਰ ਸਮਝ ਲਓ, ਜਾਂ ਜੋ ਵੀ ਸਮਝ ਲਓ ਤੁਸੀਂ ਉਹਨੂੰ। ਆਪਦੀ ਜਿਹੜੀ ਬੀਵੀ ਸੀ ਉਹਦਾ ਨਾਂ ਸੀ ਆਪਣਾ ਸੁਲੱਖਣੀ, ਮਾਤਾ ਸੁਲੱਖਣੀ, ਅਤੇ 19 ਸਾਲ ਦੀ ਉਮਰ 'ਚ ਵਿਆਹ ਹੋ ਗਿਆ ਗੁਰੂ ਨਾਨਕ ਜੀ ਦਾ, ਅਤੇ ਆਪਣੀ 30 ਸਾਲ ਵਿਆਹੀ ਵਾਰੀ ਜ਼ਿੰਦਗੀ ਗੁਜ਼ਾਰੀ, ਔਰ 30 ਔਰ ਇਹਨਾਂ ਸਾਲਾਂ ਦੇ ਵਿੱਚ ਫਿਰ ਉਹਦੇ ਖਜ਼ਾਨਚੀ ਵੀ ਬਣ ਗਏ ਨਵਾਬ ਦੇ, ਨਵਾਬ ਸੁਲਤਾਨਪੁਰ ਲੋਧੀ ਦੇ ਖਜ਼ਾਨਚੀ ਬਣ ਗਏ। ਖਜ਼ਾਨਚੀ ਦਾ ਮਤਲਬ ਉਸ ਵੇਲੇ ਅਗਰ ਤੁਸੀਂ ਗੌਰ ਫਰਮਾਓ ਤੇ ਫਾਈਨਾਂਸ ਮਿਨਿਸਟਰ ਹੈ, ਔਰ ਤੁਸੀਂ ਪੰਜਾਬ ਔਰ ਪੂਰੇ ਪੰਜਾਬ ਦੇ ਤੁਸੀਂ ਫਾਈਨਾਂਸ ਮਿਨਿਸਟਰ ਹੋ। ਸੋ ਤੁਹਾਨੂੰ ਪੂਰੇ ਜਿਹੜਾ ਫਾਈਨਾਂਸ਼ੀਅਲ ਸਿਸਟਮ ਹੈ
ਉਸ ਵੇਲੇ ਦਾ ਉਹਦੀ ਤੁਹਾਨੂੰ ਪੂਰੀ ਸਮਝ ਆ ਰਹੀ ਹੈ ਕਿ ਵੀ ਉਹ ਹੋ ਕੀ ਰਿਹਾ, ਇੱਥੇ ਚੱਲ ਕੀ ਰਿਹਾ, ਇੱਥੇ ਕੌਣ ਕੀ ਖਾ ਰਿਹਾ, ਕੀ ਉਜਾੜ ਰਿਹਾ, ਲੋਕਾਂ ਦੇ ਨਾਲ ਕੀ ਹੋ ਰਿਹਾ। ਸੋ ਬਾਬਾ ਨਾਨਕ ਵਾਜ਼ ਐਕਸਪੋਜ ਟੂ ਕੀ ਕਹਿਣਾ ਚਾਹੀਦਾ ਕਿ ਸਮਾਜ ਦੇ ਮੁਖਤਲਿਫ ਪਰਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਪਤਾ ਲੱਗਾ, ਔਰ ਉਹਨਾਂ ਨੇ ਆਪਣੇ ਇਲਮ ਨੂੰ ਵਧਾਇਆ, ਔਰ ਮੁਸਲਮਾਨਾਂ ਦੇ ਨਾਲ ਵੀ ਮਿਲ ਕੇ, ਹਿੰਦੂ ਯੋਗੀਆਂ ਦੇ ਨਾਲ ਵੀ ਮਿਲ ਕੇ, ਹਿੰਦੂ ਪੰਡਿਤਾਂ ਦੇ ਨਾਲ ਵੀ ਬਹਿਸ ਮੁਬਾਸੇ ਕਰਕੇ ਅਤੇ ਉਹ ਨਾਲ ਕਰਦੇ ਰਹਿੰਦੇ ਸਨ। ਅਤੇ ਫਿਰ ਉਹ ਕਹਿੰਦੇ ਨੇ ਜੀ 30 ਸਾਲ ਦੀ ਉਮਰ ਦੇ ਵਿੱਚ ਜਾ ਕੇ ਅਤੇ ਆਪ ਨਿਰਵਾਨ ਹੋਇਆ, ਔਰ ਉਹ 3 ਦਿਨ ਲਈ ਗਾਇਬ ਹੋ ਗਏ। ਅੱਛਾ, ਇਹ ਯੂ ਆਰ ਪ੍ਰੋਬੇਬਲੀ ਰਾਈਟ, ਲੇਕਿਨ ਇਹ ਕਿ ਇਹ ਪੀੜ ਤਾਂ ਮੇਰਾ ਖਿਆਲ ਹੈ ਪਹਿਲਾਂ ਹੀ ਬਹੁਤ ਸਾਰੀ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਫਿਰ ਅਖੀਰ ਇਹ ਵੇਲਾ ਆਉਂਦਾ। ਜ਼ਾਹਰ ਗੱਲ ਹੈ ਉਹ ਜਮ੍ਹਾਂ ਹੁੰਦੀ ਰਹਿੰਦੀ ਹੈ ਨਾ, ਫਿਰ ਉਹਦਾ ਇੱਕ ਐਸਾ ਮੁਕਾਮ ਆ ਜਾਂਦਾ ਹੈ ਕਿ ਉਹ ਫਿਰ ਕਹਿੰਦੀ ਹੈ ਕਿ ਜੀ ਹੁਣ ਮੈਂ ਅੱਗੇ ਇਸ ਸਿਸਟਮ ਦੇ ਵਿੱਚ ਨਹੀਂ ਰਹਿ ਸਕਦਾ, ਹੁਣ ਅੱਜ ਤੋਂ ਬਾਅਦ ਇਸ ਸਿਸਟਮ ਤੋਂ ਮੈਂ ਬਾਹਰ ਨਿਕਲਣਾ, ਔਰ ਮੈਂ ਹੁਣ ਉਹ ਕਰਨਾ ਜੋ ਮੈਨੂੰ ਕਰਨਾ ਚਾਹੀਦਾ। ਨਹੀਂ, ਮੈਂ ਇਸ ਲਈ ਜ਼ਿਕਰ ਕਰ ਰਿਹਾ ਕਿਉਂਕਿ ਇਹ ਜਿਹੜਾ 3 ਦਿਨ ਦਾ ਗਾਇਬ ਹੋਣ ਦਾ ਵਾਕਿਆ ਹੈ, ਇਹ ਇਸ ਤੋਂ ਪਹਿਲਾਂ ਇੱਕ ਵਾਕਿਆ ਹੋ ਚੁੱਕਿਆ ਜਿਸ 'ਚ ਉਹ ਸੁੱਚਾ ਸੌਦਾ ਜਾ ਰਹੇ ਨੇ ਜਾਂ ਗਏ ਨੇ, ਉਹ ਉਸ ਜਗ੍ਹਾ ਦਾ ਨਾਂ ਹੈ ਸੁੱਚਾ ਸੌਦਾ ਸ਼ਾਇਦ, ਜਿੱਥੇ ਉਹ ਪਰਚੇਜ਼ ਕਰਨ ਲਈ ਕੁਝ ਗਏ ਸਨ, ਔਰ ਫਿਰ ਉਹ ਜਾ ਕੇ ਸਾਰਾ ਕੁਝ ਵੰਡਤਾ, ਜਿਹੜੇ ਉੱਥੇ ਬੈਠੇ ਸਨ ਲੋਕ ਬੈਠੇ ਸਨ ਉਹਨਾਂ ਨੂੰ ਖਾਣ ਪੀਣ ਲਈ ਦਿੱਤਾ। ਮਤਲਬ ਇਹ ਹੈ ਕਿ ਇਹਦੇ ਵਿੱਚ ਕੁਛ ਤੇ ਜਿਹੜੇ ਨਾ ਹਿਸਟੋਰੀਕਲੀ ਡਾਕੂਮੈਂਟਡ ਵਾਕਿਆਤ ਨੇ, ਕੁਛ ਹੈ ਜਿਹੜੀ ਮੈਥੋਲੋਜੀ ਹੈ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਠੀਕ, ਇਸ ਵਾਸਤੇ ਮੈਂ ਜਿਹੜੀ 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 ਕਨਫਰਮਡ ਹਿਸਟਰੀ ਹੈ, ਡਾਕੂਮੈਂਟਡ ਹਿਸਟਰੀ ਹੈ, ਮੈਂ ਉਹਦੇ 'ਚ ਹੀ ਰਹਿਣਾ ਚਾਹੁੰਦਾ। ਠੀਕ, ਸੋ 30 ਸਾਲ ਦੀ ਉਮਰ ਦੇ ਵਿੱਚ ਆਪ 3 ਦਿਨ ਲਈ ਗਾਇਬ ਹੋ ਗਏ, ਅਤੇ ਦੌਲਤ ਖਾਨ ਲੋਧੀ ਨੂੰ, ਦੌਲਤ ਖਾਨ ਲੋਧੀ ਜਿਹੜਾ ਸੀ, ਜ਼ਾਹਰ ਗੱਲ ਹੈ ਕਿ ਉਹਨਾਂ ਨੂੰ ਐਸਾ ਇਮਾਨਦਾਰ ਆਦਮੀ ਜਿਹੜਾ ਹੈ ਉਹ ਤਾਂ ਮਿਲਣਾ ਬੜਾ ਮੁਸ਼ਕਲ ਸੀਗਾ, ਇਹੋ ਜਿਹਾ ਬੰਦਾ ਤਾਂ ਮਿਲਣਾ ਜਿਹੜਾ ਕਿ ਬਹੁਤ ਇੰਟੈਲੀਜੈਂਟ ਵੀ ਹੋਵੇ, ਬ੍ਰਿਲੀਅੰਟ ਹੋਵੇ, ਇਮਾਨਦਾਰ ਵੀ ਹੋਵੇ, ਸਾਜ਼ਿਸ਼ੀ ਵੀ ਨਾ ਹੋਵੇ, ਅਤੇ ਆਪਣੇ ਆਪ 'ਚ ਮਗਨ ਹੋਵੇ, ਇਹੋ ਜਿਹਾ ਬੰਦਾ ਮਿਲਣਾ। ਉਹਨੇ 3 ਦਿਨ ਜਨਾਬ ਦਰਿਆ ਵਿੱਚ ਬਹੁਤ ਲੱਭਿਆ ਅਤੇ ਉਹ ਨਹੀਂ ਲੱਭੇ, ਫਿਰ ਉਹ ਜ਼ਾਹਰ ਹੋ ਗਏ। ਠੀਕ ਹੈ, ਅਤੇ ਉਹਨਾਂ ਨੇ ਆ ਕੇ ਫਿਰ ਡਿਕਲੇਅਰ ਕੀਤਾ ਕਿ ਜੀ ਮੈਂ ਨਾ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ, ਮੈਂ ਹੁਣ ਆਪਣਾ ਆਪ ਹੀ ਹਾਂ। ਅਤੇ ਗੁਰੂ ਨਾਨਕ ਦੇ ਜਿਹੜੇ ਆਪਣਾ ਜਿਹੜੀ ਜਪ ਜੀ ਹੈ ਜਿੱਥੋਂ ਸ਼ੁਰੂ ਹੁੰਦੀ ਹੈ, ਜਪ ਜੀ ਜਿਹੜਾ ਨਾ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹਿੱਸਾ ਜਿੱਥੋਂ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ, ਅਤੇ ਜਪ ਜੀ ਉਹਨਾਂ ਦਾ ਪਹਿਲਾ ਕਲਾਮ ਹੈ। ਜਪ ਜੀ ਜਿਹੜਾ ਹੈ ਉਹ ਬਹੁਤ ਇਸ ਵਾਸਤੇ ਬਹੁਤ ਉਹਦੇ ਉੱਤੇ ਧਿਆਨ ਦੀ ਲੋੜ ਹੈ, ਕਿਉਂਕਿ ਉਹ ਅਸਲ 'ਚ ਡਿਬੇਟ ਹੈਗੀ ਹੈ, ਡਿਬੇਟਸ ਨੇ ਉਹਨਾਂ ਦੇ ਵਿੱਚ। ਬਾਬਾ ਨਾਨਕ ਜੀ ਮੁਖਤਲਿਫ ਤਬਕਿਆਂ ਨਾਲ, ਮੁਖਤਲਿਫ ਕੀ ਕਹਿਣਾ ਚਾਹੀਦਾ, ਵਿਚਾਰਧਾਰਾ ਦੇ ਲੋਕਾਂ ਦੇ ਨਾਲ ਡਿਬੇਟ ਕਰ ਰਹੇ ਨੇ। ਠੀਕ ਹੈ, ਸਕਾਲਰਸ ਆ ਗਏ, ਇੰਟੈਲੈਕਚੁਅਲਸ ਆ ਗਏ, ਇੰਟੈਲੈਕਚੁਅਲ ਆ ਗਏ ਨੇ ਜਿਹੜੇ ਉਸ ਵੇਲੇ ਪ੍ਰਚਲਿਤ ਜਿਹੜੇ ਖਿਆਲਾਤ ਸਨ ਉਹਨਾਂ ਦੇ ਨਾਲ ਡਿਬੇਟ ਕਰ ਰਹੇ ਨੇ। ਇਸ ਵਾਸਤੇ ਉਹਨੂੰ ਪੜ੍ਹਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ, ਕਿਉਂਕਿ ਜੇ ਤੁਹਾਨੂੰ ਦੂਜੇ ਦਾ ਆਰਗੂਮੈਂਟ ਨਹੀਂ ਪਤਾ ਤਾਂ ਫਿਰ ਇਹ ਤਾਂ ਕੀ, ਤਾਂ ਫਿਰ ਬਾਬਾ ਜਿਹੜੇ ਜਿਹੜਾ ਦੇ ਰਿਹਾ ਜਵਾਬ ਉਹਨਾਂ ਦਾ ਦੇ ਰਿਹਾ ਉਹਦਾ ਵੀ ਸਮਝ ਨਹੀਂ ਆਉਂਦੀ। ਪਰ ਇਹ ਹੈ ਕਿ ਮੇਰਾ ਖਿਆਲ ਹੈ ਕਿ ਜਿਹੜੇ ਉਸ ਜਿਹੜਾ ਉਹਨਾਂ ਨੇ ਨਤੀਜਾ ਕੱਢਿਆ ਉਹਦੇ ਤੋਂ, ਯਾਨੀ ਮਤਲਬ ਜਿੱਥੋਂ ਸ਼ੁਰੂ ਹੋਏ, ਜਿੱਥੋਂ ਜਪ ਜੀ ਸ਼ੁਰੂ ਹੁੰਦਾ ਹੈ, ਉਹ ਮੈਂ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ। ਮਤਲਬ ਇਹ ਸਿੱਖਾਂ ਨੂੰ ਤਾਂ ਜ਼ਬਾਨੀ ਯਾਦ ਹੈ ਸਾਰਿਆਂ ਨੂੰ, ਜਿਵੇਂ ਤੁਹਾਨੂੰ
ਸਾਨੂੰ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਜਿਹਾ ਯਾਦ ਹੈ, ਉਹਨਾਂ ਨੂੰ ਇਹ ਯਾਦ ਹੈ ਅਤੇ ਲੇਕਿਨ ਬਾਕੀਆਂ ਦੀ ਮੇਰੇ ਖਿਆਲ ਅੱਛਾ ਹੋਏਗਾ ਕਿ ਮੈਂ ਇਹ ਪੜ੍ਹ ਦਿਆਂ। ਉਹ ਸ਼ੁਰੂ ਹੁੰਦਾ ਹੈ ਜੀ ਕਿ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਲ ਮੂਰਤ ਅਜੂਨੀ ਗੁਰਪ੍ਰਸਾਦ। ਮਤਲਬ ਇਹ ਹੈ ਇੱਕ ਓਂਕਾਰ ਰੱਬ ਇੱਕ ਹੈ, ਉਹ ਸੱਚਾ ਕਰਤਾ ਪੁਰਖ, ਉਹਨੇ ਕਰਤਾ ਕਰਨ ਵਾਲਾ, ਪੁਰਖ ਦਾ ਮਤਲਬ ਇਨਸਾਨ, ਇਨਸਾਨ ਇਨਸਾਨ ਨੂੰ ਪੈਦਾ ਕਰਨ ਵਾਲਾ। ਨਿਰਭਉ, ਉਹ ਡਰਦਾ ਨਹੀਂ ਹੈ ਕਿਸੇ ਕੋਲੋਂ, ਫੀਅਰਲੈਸ ਹੈ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ। ਮਤਲਬ ਇਹ ਜਿਹੜੇ ਮੌਲਵੀ ਕਹਿੰਦੇ ਨੇ ਨਾ ਕਿ ਜੀ ਰੱਬ ਤੁਹਾਡੇ 'ਚ ਐਬ ਲੱਭਣ ਲਈ ਹਰ ਵੇਲੇ ਤਿਆਰ ਹੁੰਦਾ ਹੈ, ਅਤੇ ਉਹ ਜਿਹੜਾ ਤੁਸੀਂ ਫਿਰ ਕਰੋਗੇ ਤਾਂ ਉਹਦਾ ਉਹਦਾ ਤੁਹਾਨੂੰ ਸਜ਼ਾ ਦੇਵੇਗਾ। ਇਹ 'ਚ ਮਤਲਬ ਰੱਬ ਦੇ ਵੈਰ ਦਾ ਹੁੰਦਾ ਨਾ, ਅਤੇ ਉਹ ਕਹਿੰਦੇ ਨੇ ਨਿਰਵੈਰ, ਯਾਨੀ ਨਿਰਵੈਰ ਯਾਨੀ ਮਤਲਬ ਉਹ ਉਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈ, ਉਹਦੀ ਕੋਈ ਸੂਰਤ ਨਹੀਂ ਹੈ। ਮਤਲਬ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਸੂਰਤ ਹੈ। ਇਹਦੀ ਇੰਪਲੀਕੇਸ਼ਨ ਇਹ ਹੈ ਕਿ ਤੁਸੀਂ ਉਹਨੂੰ ਕੋਈ ਉਹਦੀ ਕੋਈ ਕੋਈ ਬੁੱਤ ਸ਼ੁੱਤ ਨਹੀਂ ਬਣਾ ਸਕਦੇ ਉਹਦਾ। ਅੱਛਾ, ਠੀਕ, ਇਹਦਾ ਮਤਲਬ ਇਹ ਹੈਗਾ। ਗੁਰਪ੍ਰਸਾਦ ਮਤਲਬ ਉਹ ਗੁਰੂ ਦਾ ਪ੍ਰਸ਼ਾਦ ਹੈ। ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਇਸ ਦਾ ਜਿਹੜੇ ਆਮ ਤੌਰ ਦੇ ਉੱਤੇ ਰਵਾਇਤੀ ਮੈਨੇ ਕੱਢੇ ਜਾਂਦੇ ਨੇ ਗੁਰਪ੍ਰਸਾਦ ਦੇ, ਉਹ ਇਹ ਕਿ ਜੀ ਉਹ ਗੁਰੂ ਦੇ ਗੁਰੂ ਦੀ ਸੇਵਾ ਦੇ ਨਾਲ ਮਿਲਦਾ ਹੈ। ਲੇਕਿਨ ਮੇਰਾ ਆਪਣਾ ਇਹ ਖਿਆਲ ਹੈ ਕਿ ਇਹਦਾ ਮਤਲਬ ਇਹ ਹੈ ਕਿ ਉਹ ਇੱਕ ਰੱਬ ਜਿਹੜਾ ਹੈ ਉਹ ਇੱਕ ਐਸਾ ਉਹ ਇੱਕ ਪ੍ਰਸਾਦ ਹੈ ਤੁਹਾਡੇ ਲਈ, ਇੱਕ ਨਿਮਤ ਹੈ ਤੁਹਾਡੇ ਲਈ, ਠੀਕ ਹੈ। ਔਰ ਉਹ ਸਭ ਤੋਂ ਵੱਡੀ ਨਿਮਤ ਉਹ ਹੈ, ਗੁਰੂ ਪ੍ਰਸਾਦ ਸਭ ਤੋਂ ਵੱਡੀ ਨਿਮਤ ਹੈ ਉਹ। ਸੋ ਮਤਲਬ ਇਹ ਜਿਹੜੀ ਹੈ ਨਾ, ਇਹ ਇਹ ਜਿਹੜੀ ਹੈ ਇਹ ਮੁੱਢਲੀ ਜਿਹੜੀ ਹੈਗੀ ਹੈ ਉਹਨਾਂ ਦੀ ਥਾਟ ਹੈਗੀ ਹੈ ਜਿੱਥੋਂ ਉਹ ਸ਼ੁਰੂ ਹੁੰਦੇ ਨੇ। ਅੱਛਾ, ਹੁਣ ਅੱਗੇ ਗੱਲ ਕਰਨੀ ਹੈ ਕਿ ਫਿਰ ਉਸ ਤੋਂ ਬਾਅਦ ਉਹ ਜਦੋਂ ਨਿਰਮਾਣ ਹੋਇਆ ਫਿਰ ਮਤਲਬ ਇਹ ਹੈ ਕਿ ਉਹਨਾਂ ਨੇ ਫੈਸਲਾ ਕਰ ਲਿਆ ਕਿ ਜੀ ਹੁਣ ਮੈਂ ਘਰਦਾਰੀ ਛੱਡ ਦੇਣੀ ਹੈ, ਮੈਂ ਹੁਣ ਨੌਕਰੀ ਨਹੀਂ ਕਰਨੀ, ਹੁਣ ਮੈਂ ਦੁਨੀਆਦਾਰੀ ਦੇ ਜਿਹੜੇ ਮਾਮਲਾਤ ਨੇ ਉਹਨਾਂ ਨੂੰ ਭੁਗਤਾ ਲਿਆ ਹੈ, ਹੁਣ ਮੈਂ ਵਿਚਾਰਧਾਰਾ ਲਈ ਪ੍ਰਚਾਰ ਲਈ ਜੋ ਵੀ ਹੈ ਲੁਕਾਈ ਲਈ ਜੋ ਮੈਂ ਕਰ ਸਕਦਾ ਉਹ ਮੈਂ ਹੁਣ ਕਰਨਾ ਹੈ। ਪਰ ਆਪ ਨੂੰ ਇਹ ਜ਼ਰੂਰ ਖਿਆਲ ਸੀ ਉਸ ਵੇਲੇ ਕਿ ਵੀ ਮੈਂ ਇੱਕ ਬੀਵੀ ਅਤੇ ਦੋ ਬੱਚੇ ਛੱਡ ਕੇ ਜਾ ਰਿਹਾ ਹੈ, ਇਹਨਾਂ ਦਾ ਕੀ ਬਣੇਗਾ। ਅਤੇ ਮਤਲਬ ਇਹ ਹੈ ਕਿ ਇੰਝ ਨਹੀਂ ਕਿ ਉਹ ਗੈਰ ਜ਼ਿੰਮੇਦਾਰ ਲੋਕਾਂ ਦੀ ਤਰ੍ਹਾਂ ਉੱਥੋਂ ਤੁਰ ਪਏ, ਉਹਨਾਂ ਨੂੰ ਉਹਨਾਂ ਦੀ ਕੋਈ ਬਕਾਇਆ ਜਾਤ ਨਿਕਲਦੇ ਸਨ ਕੋਈ 847 ਰੁਪਈਏ ਉਸ ਵੇਲੇ ਦੇ ਦੌਲਤ ਖਾਂ ਲੋਧੀ ਵੱਲ ਬਕਾਇਆ ਜਾਤ ਜੇ ਨੌਕਰੀ ਦੇ, ਅਤੇ ਉਸ ਵੇਲੇ ਦੇ 847 ਰੁਪਈਏ ਤੁਹਾਨੂੰ ਪਤਾ ਅੱਜ ਦੇ ਤਾਂ ਕਰੋੜਾਂ ਰੁਪਈਏ ਹੋਣਗੇ। ਉਹ ਉਹਨਾਂ ਨੇ ਵਸੂਲ ਕੀਤੇ, ਉਹ ਸਹੁਰਿਆਂ ਕੋਲ ਗਏ, ਉੱਥੇ ਜਾ ਕੇ ਕੁਛ ਜ਼ਮੀਨ ਖਰੀਦੀ ਅਤੇ ਜ਼ਮੀਨ ਖਰੀਦੀ ਅਤੇ ਕੁਛ ਪੈਸੇ ਜਿਹੜੇ ਨੇ ਉਹ ਆਪਣੇ ਸਹੁਰਿਆਂ ਨੂੰ ਦਿੱਤੇ ਕਿ ਇਹਨਾਂ ਪੈਸਿਆਂ ਦੇ ਨਾਲ ਮੇਰੀ ਬੀਵੀ ਅਤੇ ਮੇਰੇ ਬੱਚਿਆਂ ਦਾ ਤੁਸੀਂ ਟੇਕ ਕੇਅਰ ਕਰਨਾ। ਅਤੇ ਫਿਰ ਉੱਥੋਂ ਉਹ ਟਿੱਲਾ ਗੋਰਖਨਾਥ ਚਲੇ ਗਿਆ। ਅੱਛਾ, ਟਿੱਲਾ ਗੋਰਖਨਾਥ ਜੋਗੀਆਂ ਦਾ,
ਟਿੱਲਾ ਗੁਰੂ ਨਾਨਕ ਜੋਗੀਆਂ ਦਾ ਜਿਹੜਾ ਸੀ ਉਹ ਇੱਕ ਇੱਕ ਬਹੁਤ ਵੱਡਾ ਸਕੂਲ ਆਫ ਥਾਟ ਸੀ। ਇਹ ਉਹੀ ਹੈ ਜਿਹਨੂੰ ਹੁਣ ਟਿੱਲਾ ਜੋਗੀਆਂ ਕਹਿੰਦੇ ਨੇ। ਜੀ ਹਾਂ, ਉਹੀ ਜੇਲਮ ਵਿੱਚ, ਜੇਲਮ ਵਿੱਚ, ਬਿਲਕੁਲ ਜੇਲਮ ਵਿੱਚ ਉੱਥੇ ਚਲੇ ਗਏ ਉਹ। ਅੱਛਾ ਅੱਛਾ। ਕਿਉਂਕਿ ਇਹ ਇੱਕ ਬਹੁਤ ਵੱਡਾ ਫਿਲੋਸੋਫਿਕਲ ਸਕੂਲ ਆਫ ਥਾਟ ਸੀਗਾ। ਅਦਵੈਤ ਦਾਤ ਦਾ ਜਿਹੜਾ ਨਾ ਅਦਵੈਤਾ ਦਾ ਯਾਨੀ ਜਿਹੜੇ ਪ੍ਰਚਾਰ ਕਰਦੇ ਸਨ ਉਹਨਾਂ ਵਿੱਚ ਇਹ ਸਕੂਲ ਜਿਹੜਾ ਸੀ ਇਹਦੀ ਬੜੀ ਬਹੁਤ ਵੱਡੀ ਹੈਸੀਅਤ ਸੀ ਇਹਦੀ। ਔਰ ਇਸੇ ਵਾਸਤੇ ਤੁਸੀਂ ਦੇਖਦੇ ਹੋ ਕਿ ਜਦੋਂ ਵਾਰਿਸ ਸ਼ਾਹ ਰਾਂਝੇ ਨੂੰ ਲਿਜਾਂਦਾ ਹੈ ਤਾਂ ਬਾਲ ਨਾਥ ਜੋਗੀ ਕੋਲ ਲਿਜਾਂਦਾ ਹੈ, ਟਿੱਲਾ ਜੋਗੀਆਂ ਲਿਜਾਂਦਾ ਹੈ। ਉਹ ਸਿੰਬੋਲਿਕ ਹੈ, ਬਿਲਕੁਲ 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 ਉਹ ਸਿੰਬੋਲਿਕ ਹੈ। ਅੱਛਾ ਅੱਛਾ। ਲੇਕਿਨ ਬਾਬੇ ਨਾਨਕ ਲਈ ਉਹ ਸਿੰਬੋਲਿਕ ਨਹੀਂ ਸੀ ਹੈਗਾ, ਬਾਬੇ ਨਾਨਕ ਲਈ ਉਹ ਐਕਚੁਅਲ ਹੀ ਇਵੈਂਟ ਲਿਟਰਲ ਸੀ। ਲਿਟਰਲ ਸੀ, ਠੀਕ ਹੈ। ਉੱਥੇ ਉਹਨੇ ਉਹਨਾਂ ਦੇ ਨਾਲ ਜਿਹੜੀ ਹੈ ਉਹ ਡਿਬੇਟ ਕੀਤੀ ਅਤੇ ਡਿਬੇਟ ਕਰਨ ਜੋ ਵੀ ਡਿਬੇਟ ਹੋਈ ਕਿ ਵੀ ਤੁਹਾਡੇ ਕੀ ਖਿਆਲ ਨੇ, ਮੇਰੇ ਕੀ ਖਿਆਲ ਨੇ ਵਗੈਰਾ ਵਗੈਰਾ। ਅਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਜਿਹੜੇ ਨੇ ਜਾ ਕੇ ਇੱਕ ਜਗ੍ਹਾ ਦੇ ਉੱਤੇ 10 ਸਾਲ, ਉਹ ਵੀ ਇੱਕ ਡੇਰਾ ਹੈਗਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਵੀ, ਜਿੱਥੇ ਕਹਿੰਦੇ ਨੇ ਕਿ ਉਹ 10 ਸਾਲ ਰਹੇ। ਨਾਂ ਦਾ ਭੁੱਲ ਰਿਹਾ, ਉਸ ਜਗ੍ਹਾ ਦਾ ਨਾਂ ਕੀ ਹੈ, ਲੇਕਿਨ ਮਸ਼ਹੂਰ ਹੈ ਉਹ ਜਗ੍ਹਾ। ਜਿਹੜਾ ਇਸ ਤੋਂ ਬਾਅਦ ਬਾਬਾ ਜੀ ਨੇ ਆਪਣਾ 3 ਵੱਡੇ ਸਫ਼ਰ ਕੀਤੇ ਅਤੇ 1 ਛੋਟਾ ਸਫ਼ਰ ਕੀਤਾ, ਜਿਹਨੂੰ ਸਿੱਖ ਰਵਾਇਤ ਦੇ ਵਿੱਚ ਉਦਾਸੀਆਂ ਕਿਹਾ ਜਾਂਦਾ ਹੈ। ਉਦਾਸੀਆਂ, ਸੋ ਉਹਨਾਂ ਦੀਆਂ 4 ਉਦਾਸੀਆਂ ਨੇ। ਪਹਿਲੀ ਉਹਨਾਂ ਨੇ ਈਸਟ ਇੰਡੀਆ ਵੱਲ ਕੀਤੀ, ਠੀਕ ਹੈ। ਦੂਜੀ ਸਾਊਥ ਇੰਡੀਆ ਵੱਲ ਕੀਤੀ, ਠੀਕ ਹੈ। ਤੀਸਰੀ ਮਿਡਲ ਈਸਟ ਵੱਲ ਕੀਤੀ, ਔਰ ਮੱਕੇ ਔਰ ਮਦੀਨੇ ਤੱਕ ਗਏ, ਔਰ ਬਗਦਾਦ ਦੇ ਵਿੱਚ ਤੇ ਜਿਹੜਾ ਉਹਨਾਂ ਨੇ ਜਿਹੜਾ ਆਪਣਾ ਗੁਰਦੁਆਰਾ ਬਣਿਆ, ਹਾਂਜੀ, ਉਹ ਅਜੇ ਵੀ ਉੱਥੇ ਹੈਗਾ ਮੌਜੂਦ। ਔਰ ਅੱਜ ਕੱਲ੍ਹ ਸੁਣਿਆ ਕਿ ਉਹਦੀ ਹਾਲਾਤ ਬਹੁਤ ਖਰਾਬ ਨੇ ਅਤੇ ਸਿੱਖ ਕੋਸ਼ਿਸ਼ ਕਰ ਰਹੇ ਨੇ ਕਿ ਉਹਨੂੰ ਰੀਹੈਬਲੀਟੇਟ ਕੀਤਾ ਜਾਵੇ। ਉਹ ਕਿਉਂ ਨਹੀਂ ਹੋ ਰਿਹਾ ਮੈਨੂੰ ਉਹਦਾ ਨਹੀਂ ਪਤਾ ਹੈਗਾ, ਠੀਕ ਹੈ। ਲੇਕਿਨ ਇਹ ਹੈ ਕਿ ਔਰ ਉੱਥੇ ਮਸ਼ਹੂਰ ਵੀ ਹੈ ਕਿ ਇਹ ਮਤਲਬ ਹੋਇਆ ਕਿ ਨਹੀਂ ਹੋਇਆ, ਲੇਕਿਨ ਇਹ ਹੈ ਕਿ ਰਵਾਇਤ ਦੇ ਵਿੱਚ ਇਹ ਆਉਂਦਾ ਹੈ ਕਿ ਬਾਬਾ ਨਾਨਕ ਉੱਥੇ ਮੱਕੇ ਦੇ ਵਿੱਚ ਲੰਮੇ ਪਏ ਸਨ ਅਤੇ ਉਹਨੇ ਕਿਸੇ ਮੁਸਲਮਾਨ ਮੌਲਵੀ ਨੇ ਕਿਹਾ, ਉਹਨੇ ਕਿਹਾ ਤੂੰ ਕਾਬੇ ਵੱਲ ਲੱਤਾਂ ਕਿਉਂ ਲੰਮੀਆਂ ਕਰਕੇ ਪਿਆ ਹੈ, ਅਤੇ ਬਾਬੇ ਨੇ ਕਿਹਾ ਕਿ ਅੱਛਾ ਫਿਰ ਤੂੰ ਮੇਰੀਆਂ ਲੱਤਾਂ ਉੱਧਰ ਕਰਦੇ ਜਿੱਧਰ ਰੱਬ ਨਹੀਂ ਹੈਗਾ। ਅੱਛਾ, ਇਹ ਸਫ਼ਰ ਦੇ ਵਿੱਚ ਇੱਕ ਦਿਲਚਸਪ ਗੱਲ ਇਹ ਹੈਗੀ ਹੈ ਕਿ ਬਾਬਾ ਮਰਦਾਨਾ ਵੀ ਆਪਦੇ ਨਾਲ ਸੀ। ਹਾਂ, ਠੀਕ ਹੈ, ਉਹ ਸਾਰੀ ਉਦਾਸੀਆਂ ਚ ਨਾਲ ਰਹੇ। ਹਾਂ, ਉਹ ਸਾਰੀਆਂ ਉਦਾਸੀਆਂ ਦੇ ਵਿੱਚ ਆਪਦੇ ਨਾਲ ਸੀ ਔਰ ਉਹ ਆਪਣਾ ਸਾਧ ਨਾਲ ਲੈ ਕੇ ਚੱਲਦਾ ਸੀ ਔਰ ਬਾਬਾ ਜੋ ਵੀ ਲਿਖਦਾ ਸੀ ਉਹਨੂੰ ਉਹ ਕੰਪੋਜ਼ ਕਰਦਾ ਸੀ। ਉਹ ਇੱਕ ਉਹ ਮਿਊਜ਼ੀਸ਼ੀਅਨ ਸੀਗਾ, ਉਹ ਆਮ ਬੰਦਾ ਨਹੀਂ ਸੀ ਹੈਗਾ, ਬਲਕਿ ਕਿਉਂਕਿ ਇਹ ਜਿਹੜਾ ਨਾ ਕਿ ਉਹ ਜਦੋਂ ਮਤਲਬ ਉਹ ਆਮ ਖਿਦਮਤਗਾਰ ਬੰਦਾ ਨਹੀਂ ਸੀ, ਉਹ ਆਪ ਇੱਕ ਇੱਕ ਮਤਲਬ ਬਹੁਤ ਜਾਣੀ ਜਾਣੂਕਾਰ ਬੰਦਾ ਸੀ, ਇਸੇ ਲਈ ਤਾਂ ਬਾਬੇ ਦੇ ਨਾਲ ਜੁੜਿਆ ਹੋਇਆ ਸੀ ਨਾ। ਬਲਕਿ ਉਹ ਮੇਰਾ ਖਿਆਲ ਨਜ਼ਮ ਹੁਸੈਨ ਸੀ ਉਹਦੀ ਨਜ਼ਮ ਹੈ ਜਾਂ ਕਿਸੇ ਹੋਰ ਥਾਂ 'ਤੇ ਮੈਂ ਇਹ ਪੜ੍ਹਿਆ ਸੀ ਕਿ ਬਾਬਾ ਅਤੇ ਮਰਦਾਨਾ ਜੰਗਲ 'ਚ ਜਾ ਰਹੇ ਨੇ ਅਤੇ ਉੱਥੇ ਆਪਣਾ ਮਰਦਾਨੇ ਨੂੰ ਇੱਕ ਸੋਨੇ ਦੀ ਡਲੀ ਮਿਲ ਗਈ।
ਉਹਨੇ ਚੁੱਕ ਲਈ ਅਤੇ ਕੁਛ ਦੂਰ ਹੋਰ ਤੁਰੇ ਅਤੇ ਬਾਬਾ ਅੱਗੇ ਜਾ ਰਿਹਾ, ਮਰਦਾਨਾ ਪਿੱਛੇ ਜਾ ਰਿਹਾ, ਅਤੇ ਮਰਦਾਨੇ ਨੇ ਕਿਹਾ, ਬਾਬਾ ਮੈਨੂੰ ਡਰ ਲੱਗ ਰਿਹਾ। ਅੱਛਾ। ਅਤੇ ਬਾਬੇ ਨੇ ਕਿਹਾ, ਜੋ ਤੇਰੇ ਕੋਲ ਹੱਥ ਵਿੱਚ ਹੈ ਸੁੱਟ ਦੇ। ਅੱਛਾ ਅੱਛਾ, ਵਾਹ। ਹਾਂ, ਮੈਂ ਕਿਹਾ ਨਜ਼ਮ ਸਿਆਂ ਸੀਰ ਦੀ ਇਹ ਲਾਈਨ ਹੈਗੀ ਹੈ, ਖੋਲ ਦਿਲੇ ਦੀ ਮੀਟੀ ਮੁੱਠ ਮਰਦਾਨਿਆਂ। ਅੱਛਾ, ਉਹਦਾ ਇਹ ਰੈਫਰੈਂਸ ਹੈ। ਉਹਦਾ ਇਹ ਰੈਫਰੈਂਸ ਹੈ ਕਿ ਇਹ ਜਿਹੜਾ ਤੂੰ ਕੋਈ ਹੈ ਤੇ ਤਾਂ ਡਰ ਲੱਗ ਰਿਹਾ, ਜੇ ਨਹੀਂ ਹੋਏਗਾ ਤਾਂ ਕਦਾ ਡਰ ਹੈ ਤੈਨੂੰ ਕਹਿੰਦਾ ਡਰ ਹੈ, ਮਤਲਬ ਤੂੰ ਹੁਣ ਇੱਕ ਦੁਨੀਆਂ ਦੀ ਚੀਜ਼ ਚੁੱਕ ਲਈ ਹੈ, ਹੁਣ ਤੈਨੂੰ ਡਰ ਲੱਗ ਰਿਹਾ ਖੋਲਿਆ ਕੋਈ, ਅਤੇ ਜੇ ਤੂੰ ਤੇਰੇ ਕੋਲ ਹੈ ਕੁਛ ਨਹੀਂ ਤਾਂ ਤੈਨੂੰ ਕਹਿੰਦਾ ਡਰ ਹੈ। ਅਤੇ ਮਰਦਾਨਾ ਜਿਹੜਾ ਹੈ ਉਹ ਆਪਦੇ ਨਾਲ ਰਿਹਾ ਔਰ ਸਾਰੀਆਂ ਉਦਾਸੀਆਂ ਦੇ ਵਿੱਚ ਆਪਦੇ ਰਿਹਾ। ਚੌਥੀ ਉਦਾਸੀ ਜਿਹੜੀ ਹੈ ਉਹ ਛੋਟੀ ਹੈ, ਉਹ ਤਿੱਬਤ ਅਤੇ ਆਸਾਮ ਵੱਲ ਆਪ ਨੇ ਕੀਤੀ। ਪਰ ਇਹ ਹੈ ਕਿ ਇਹਨਾਂ ਉਦਾਸੀਆਂ ਸਾਰੀਆਂ ਜਿਹੜੀਆਂ ਨੇ, ਇਹਨਾਂ ਵਿੱਚ ਤੁਸੀਂ ਦੇਖੋ ਕਿ ਅਗਰ ਉਹ ਤੁਸੀਂ ਇੰਟਰਨੈਟ 'ਤੇ ਜਾਓ ਨਾ, ਅਤੇ ਗੁਰੂ ਨਾਨਕ ਟਰੈਵਲ ਅਗਰ ਤੁਸੀਂ ਪੰਚ ਕਰੋ, ਅਤੇ ਉਹ ਤੁਹਾਨੂੰ ਰੂਟ ਦੱਸਦੇ ਨੇ ਇਹ ਬਾਬਾ ਕਿੱਥੋਂ ਕਿੱਥੋਂ ਗਿਆ। ਹਾਂਜੀ, ਉਹ ਤੁਹਾਨੂੰ ਪੂਰਾ ਨਕਸ਼ਾ ਟਰੇਸ ਹੋ ਜਾਂਦਾ ਹੈ ਕਿੱਥੋਂ ਕਿੱਥੋਂ ਗਿਆ, ਔਰ ਉਹਦੇ ਵਿੱਚ ਤੁਸੀਂ ਅਗਰ ਉੱਤੇ ਗੌਰ ਕਰੋ, ਜਿਵੇਂ ਬਾਬਾ ਫਰੀਦ ਦੇ ਬਾਰੇ 'ਚ ਵੀ ਕਿਹਾ ਸੀ ਕਿ ਉਹਦੇ ਵਿੱਚ ਤਮਾਮ ਉਹ ਸੈਂਟਰ ਨੇ ਜਿਹੜੇ ਕਿ ਲਰਨਿੰਗ ਦੇ ਸੈਂਟਰ ਸਨ ਉਸ ਵੇਲੇ, ਔਰ ਖਾਸ ਤੌਰ 'ਤੇ ਅਦਵੈਤ ਵਾਦ ਜਿਹੜੀ ਹੈ, ਯਾਨੀ ਅਦਵੈਤਵਾਦ ਜਿਹੜੀ ਹਿੰਦੂ ਫਲਸਫਾ ਜਾਂ ਇੰਡੀਅਨ ਫਲਸਫਾ ਹੈ, ਜਿਹਦੀ ਮੁਸਲਮਾਨਾਂ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਵਾਹਤੁਲ ਵਜੂਦ ਦਾ ਫਲਸਫਾ ਜਿਹੜਾ, ਉਹ ਜਿੱਥੇ ਜਿੱਥੇ ਉਹਨਾਂ ਦੇ ਸੈਂਟਰ ਸਨ ਉਹਨਾਂ ਵੱਲ ਆਪਦਾ ਜ਼ਿਆਦਾ ਧਿਆਨ ਸੀ, ਵਨਨੈਸ ਆਫ ਗਾਡ, ਵਨਨੈਸ ਆਫ ਗਾਡ। ਅਤੇ ਉਹ ਉਹਨਾਂ ਦੀਆਂ ਜਿਹੜੀਆਂ ਉਦਾਸੀਆਂ ਨੇ, ਉਹਨਾਂ ਦਾ ਜਿਹੜਾ ਰੂਟ ਹੈ ਉਹਨਾਂ ਸੈਂਟਰ ਵੱਲ ਜ਼ਿਆਦਾ ਸੀਗਾ। ਮਤਲਬ ਮੁਸਲਮਾਨਾਂ ਦੇ ਨਾਲ ਜ਼ਿਆਦਾ ਉਹ ਮੈਲ ਖਾਂਦਾ ਹੈ ਬਨਿਸਬਤ ਹੋਰ ਕਿਸੇ ਰਿਲੀਜਨ ਦੇ, ਕਿਉਂਕਿ ਹਿੰਦੁਸਤਾਨ 'ਚ ਇਹ ਨਾ ਕਿ ਬਹੁਤ ਸਾਰੇ ਦੇਵੀ ਦੇਵੀ ਦੇਵਤਾ ਵੀ ਨੇ। ਹਾਂ, ਪਰ ਇਹ ਹੈ ਕਿ ਮਤਲਬ ਹਿੰਦੂਆਂ ਦੇ ਅਦਵੈਤਵਾਦ ਜਿਹੜੀ ਹੈ ਉਹ ਜਿਹੜੀ ਆ ਉਹ ਹਿੰਦੂਆਂ ਦੇ ਵਿੱਚ ਵੀ ਇੱਕ ਫਲਸਫਾ ਉੱਭਰ ਰਿਹਾ ਸੀ ਨਾ, ਮਤਲਬ ਇਹ ਤੁਸੀਂ ਸਿਰਫ ਇਹ ਤੁਸੀਂ ਅਸੀਂ ਕਹਿ ਦਿੰਦੇ ਹਾਂ ਆਪਣੀ ਆਸਾਨੀ ਲਈ, ਲੇਕਿਨ ਇਹ ਹੈ ਕਿ ਉਹ ਹਿੰਦੁਸਤਾਨ ਦੇ ਵਿੱਚ ਉਹ ਇੱਕ ਇੱਕ ਗੈਰ ਮੁਸਲਮਾਨ ਦੇ ਵਿੱਚ ਵੀ ਅਦਵੈਤਵਾਦ ਦੀ ਜਿਹੜਾ ਨਜ਼ਰੀਆ ਸੀ ਉਸ ਵੇਲੇ ਉੱਭਰ ਰਿਹਾ ਸੀਗਾ, ਔਰ ਬਾਬਾ ਜਿਹੜਾ ਸੀ ਉਹਨੇ ਉਸ ਨੂੰ ਅੰਬਰੇਸ ਕੀਤਾ, ਔਰ ਉਹਦੀ ਡਿਫਰੈਂਟ ਜਿਹੜੀਆਂ ਨੇ ਉਹ ਡਾਇਮੈਂਸ਼ਨਸ ਨੂੰ, ਉਹਦੇ ਵੱਖਰੇ ਵੱਖਰੇ ਪੱਖਾਂ ਨੂੰ ਜਿਹੜਾ ਨਾ ਉਹ ਐਕਸਪਲੋਰ ਕੀਤਾ। ਪਰ ਅਖੀਰ ਦੇ ਉੱਤੇ ਬਾਬੇ ਨੇ ਜਿਹੜੇ ਨਤੀਜੇ ਕੱਢੇ ਉਹ ਇਹ ਕੱਢੇ ਕਿ ਭਾਵੇਂ ਕਾਜ਼ੀ ਹੋਵੇ ਭਾਵੇਂ ਬ੍ਰਾਹਮਣ ਹੋਵੇ, ਇਹ ਸਾਰੇ ਜਿਹੜੇ ਨੇ ਇਹ ਠੱਗੀ ਕਰ ਰਹੇ ਨੇ। ਅੱਛਾ, ਇਹ ਠੱਗੀ ਕਰ ਰਹੇ ਨੇ। ਅੱਛਾ, ਇਸ ਵਾਸਤੇ ਮਿਸਾਲ ਦੇ ਤੌਰ ਦੇ ਉੱਤੇ ਮੈਂ ਇਹ ਤਰਜਮੇ ਪੜ੍ਹ ਦਿੰਦਾ ਕਿ ਕਾਜ਼ੀ ਜਿਹੜੇ ਨੇ ਉਹ ਝੂਠ ਬੋਲਦੇ ਨੇ ਅਤੇ ਗੰਦ ਖਾਂਦੇ ਨੇ, ਬ੍ਰਾਹਮਣ ਜਿਹੜੇ ਨੇ ਉਹ ਕਤਲ ਕਰਦੇ ਨੇ ਚੀਜ਼ਾਂ ਨੂੰ ਮਾਰਦੇ ਨੇ, ਅਤੇ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਸਾਫ ਸਮਝਦੇ ਨੇ ਕਿ ਮੈਂ ਸਾਫ ਕਰ ਲਿਆ,
ਜੋਗੀ ਜਿਹੜਾ ਹੈ, ਇਹ ਬੜੀ ਦਿਲਚਸਪ ਗੱਲ ਹੈ ਕਿ ਆਪ ਜੋਗੀਆਂ ਨੂੰ ਵੀ ਨਹੀਂ ਛੱਡਦੇ। ਜੋਗੀ ਜਿਹੜਾ ਕਹਿੰਦੇ ਨੇ ਉਹ ਵੀ ਅੰਨਾ ਹੋ ਚੁੱਕਿਆ ਔਰ ਉਹਨੂੰ ਵੀ ਰਾਹ ਦਾ ਕੋਈ ਪਤਾ ਨਹੀਂ ਲੱਗ ਰਿਹਾ। ਇਹ ਤਿੰਨੇ ਜਿਹੜੇ ਨੇ, ਇਹ ਤਿੰਨੇ ਜਿਹੜੀਆਂ ਕਿਸਮਾਂ ਨੇ, ਇਹਨਾਂ ਨੇ ਆਪਣੀ ਤਬਾਹੀ ਜਿਹੜੀ ਹੈ ਉਹ ਆਪ ਹੀ ਆਪਣੀ ਮਿਥ ਲਈ ਹੈ। ਇਹਨਾਂ ਤਿੰਨਾਂ ਨੇ ਤਬਾਹ ਹੋ ਜਾਣਾ ਕਿਉਂਕਿ ਤਿੰਨੇ ਤਬਾਹੀ ਦੇ ਰਸਤੇ 'ਤੇ ਜਾ ਰਹੇ। ਤਬਾਹੀ ਤੋਂ ਖਿਆਲ ਆਉਂਦਾ ਹੈ ਕਿ ਬਾਬਾ ਨਾਨਕ ਜਿਹੜਾ ਹੈ ਉਹ ਐਸੇ ਦੌੜ ਵਿੱਚ ਰਹਿ ਰਿਹਾ ਹੈ ਜਿਸ ਦੌਰ ਦੇ ਵਿੱਚ ਕਿ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ। ਮਸਲਨ ਸਭ ਤੋਂ ਵੱਡੀ ਤਬਦੀਲੀ ਤਾਂ ਇਹ ਹੋ ਰਹੀ ਹੈ ਕਿ ਬਾਬੇ ਨਾਨਕ ਵਿਟਨੈਸ ਹੈ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਔਰ ਉਹਨੇ ਇਬਰਾਹਿਮ ਲੋਧੀ ਨੂੰ ਪਾਣੀਪਤ 'ਚ ਸ਼ਿਕਸਤ ਦਿੱਤੀ ਅਤੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ। ਹੁਣ ਇਹ ਵੀ ਅਜੀਬੋ ਗਰੀਬ ਵੈਸੇ ਗੱਲ ਹੈ ਕਿ ਆਮ ਤੌਰ 'ਤੇ ਮੁਗਲਾਂ ਦੇ ਹਮਲੇ ਨੂੰ ਜਿਹੜੇ ਸਾਡੇ ਆਮ ਮੁਸਲਮਾਨ ਤਾਰੀਖਦਾਨ ਨੇ ਜਾਂ ਆਮ ਬੰਦੇ ਨੂੰ ਇਹ ਸਮਝਦੇ ਨੇ ਕਿ ਜਿਵੇਂ ਬਾਬਰ ਨੇ ਕੋਈ ਹਿੰਦੂਆਂ ਨੂੰ ਫਤਿਹ ਕੀਤਾ ਸੀ ਜਾਂ ਕੋਈ ਗੈਰ ਮੁਸਲਮਾਨ ਨੂੰ ਫਤਿਹ ਕੀਤਾ ਸੀ, ਬੜਾ ਕੋਈ ਮਤਲਬ ਆ ਕੇ ਕੋਈ ਕਾਰਨਾਮਾ ਕੋਈ ਇਸਲਾਮ ਦੀ ਫਤਿਹ ਹੋ ਗਈ ਸੀ। ਅਸਲ ਗੱਲ ਤਾਂ ਇਹ ਸੀ ਕਿ ਵੀ ਮੁਸਲਮਾਨਾਂ ਦੀ ਪਹਿਲੇ ਹਕੂਮਤ ਸੀ, ਉਹਨੇ ਆ ਕੇ ਮੁਸਲਮਾਨਾਂ ਦੀ ਹਕੂਮਤ ਦੇ ਉੱਤੇ ਹਮਲਾ ਕੀਤਾ ਠੀਕ ਹੈ ਔਰ ਉਹਨੇ ਇਬਰਾਹਿਮ ਲੋਧੀ ਜਿਹੜਾ ਸੀ ਉਹਨੂੰ ਸ਼ਿਕਸਤ ਦੇ ਦਿੱਤੀ ਅਤੇ ਆਪ ਉਹ ਜਿੱਤ ਗਿਆ। ਔਰ ਜੇ ਤੂੰ ਇਸ ਵਾਸਤੇ ਗਿਆ ਕਿ ਉਹਦੇ ਕੋਲ ਜਿਹੜੀ ਤੋਪਾਂ ਸਨ ਤੋਪ ਪਹਿਲੀ ਵਾਰੀ ਇਸਤੇਮਾਲ ਹੋ ਰਹੀ ਸੀ ਠੀਕ ਹੈ, ਔਰ ਜਿਹੜੇ ਉਹਦੇ ਮੁਕਾਬਲੇ ਸਨ ਉਹਨਾਂ ਕੋਲ ਤੋਪਾਂ ਨਹੀਂ ਸੀ ਹੈਗੀਆਂ, ਬਾਬਰ ਤੋਪਾਂ ਲੈ ਕੇ ਆਇਆ ਸੀ ਨਵੀਆਂ ਬਰੂਦ ਵਾਲੀਆਂ, ਉਹਨਾਂ ਦੇ ਨਾਲ ਉਹ ਜਿੱਤ ਗਿਆ। ਲੇਕਿਨ ਇਹਦੇ ਉੱਤੇ ਤੁਹਾਨੂੰ ਕੋਈ ਜਿਹੜਾ ਨਾ ਅਥੈਂਟਿਕ ਕੋਈ ਕਮੈਂਟਰੀ ਨਹੀਂ ਮਿਲਦੀ ਤੁਹਾਨੂੰ ਕਿ ਬਾਬਰ ਨੇ ਕੀ ਕੀਤਾ ਸਵਾਏ ਬਾਬੇ ਨਾਨਕ ਦੇ। ਬਾਬੇ ਨਾਨਕ ਦੀ ਇੱਕ ਹੈਗੀ ਹੈ ਬਾਬਰ ਬਾਣੀ, ਹਾਂਜੀ ਬਾਬਰ ਬਾਣੀ ਦੇ ਵਿੱਚ ਬਾਬਾ ਦੱਸਦਾ ਹੈ ਕਿ ਉਹਨੇ ਕੀ ਕੀਤਾ। ਉਹ ਕਹਿੰਦਾ ਜੀ ਕਿ ਸ਼ੁਰੂ ਇੱਥੋਂ ਹੁੰਦੀ ਹੈ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾਲੂ, ਠੀਕ ਜੋਰੀ ਮੰਗੇ ਦਾਨਵੇ ਲਾਲੂ। ਮੇਰਾ ਖਿਆਲ ਹੈ ਕਿ ਮੈਂ ਇਹਦੀ ਜਿਹੜੀ ਹੈ ਨਾ ਆਪਣਾ ਲਾਲੂ ਦੇ ਨਾਂ ਨੂੰ ਮੁਖਾਤਬ ਕਰਕੇ ਇਹਨੂੰ ਜਿਵੇਂ ਬਾਬੇ ਨੇ ਲਿਖਿਆ ਉਹਦਾ ਤਰਜਮਾ ਪੜ੍ਹ ਦਿੰਦਾ। ਉਹ ਕਹਿੰਦਾ ਕਿ ਜੀ ਉਹ ਲਾਲੂ ਜਿਹੜਾ ਹੈ, ਲਾਲੂ ਵੇਖ ਇਹ ਬਾਬਰ ਜਿਹੜਾ ਹੈ ਇਹ ਗੁਨਾਹਾਂ ਦੀ ਜੰਜ ਲੈ ਕੇ ਆਇਆ ਅਤੇ ਜ਼ੋਰਾ ਜ਼ੋਰੀ ਜਿਹੜਾ ਹੈ ਉਹ ਦਾਨ ਮੰਗ ਰਿਹਾ। ਦਾਨ ਤੋਂ ਮਤਲਬ ਦਹੇਜ ਵੀ ਹੋ ਸਕਦਾ, ਦਾਨ ਤੋਂ ਮਤਲਬ ਟੈਕਸ ਵੀ ਹੋ ਸਕਦਾ, ਦਾਨ ਤੋਂ ਮਤਲਬ ਕੀ ਕਹਿੰਦੇ ਨੇ ਭੀਖ ਵੀ ਹੋ ਸਕਦੀ ਹੈ ਕਿ ਭੀਖ ਮੰਗ ਰਿਹਾ ਲੇਕਿਨ ਜ਼ੋਰ ਜ਼ੋਰ ਦੇ ਨਾਲ ਮੰਗ ਰਿਹਾ। ਅਤੇ ਆਪਣਾ ਸ਼ਰਮ ਧਰਮ ਦੋਹੇ ਚੁੱਪ ਖਲੋਤੇ, ਸ਼ਰਮ ਧਰਮ ਦੋਵੇਂ ਚੁੱਪ ਖਲੋਤੇ, ਕੂੜ ਫਿਰੇ ਪ੍ਰਧਾਨ ਵੀ ਲਾ ਲਓ। ਇਹ ਡਿਸਕ੍ਰਾਈਬ ਕਰ ਰਿਹਾ। ਔਰ ਫਿਰ ਅੱਗੇ ਬਾਬਾ ਉਸ ਇਸੇ ਬਾਬਰ ਬਾਣੀ ਦੇ ਵਿੱਚ ਕਹਿੰਦਾ ਹੈ ਕਿ ਮੁਸਲਮਾਨ ਕਿਤਾਬਾਂ ਪੜ੍ਹ ਰਹੇ ਨੇ, ਮੁਸਲਮਾਨ ਮੌਲਵੀ ਕਿਤਾਬਾਂ ਪੜ੍ਹ ਰਹੇ ਨੇ,
ਹਿੰਦੂ ਬ੍ਰਾਹਮਣ ਜਪ ਰਹੇ ਨੇ ਔਰ ਉਹ ਸਮਝਦੇ ਨੇ ਕਿ ਇਹਨਾਂ ਦੇ ਨਾਲ ਬਾਬਰ ਦੀ ਸ਼ਿਕਸਤ ਹੋ ਜਾਏਗੀ। ਪਰ ਬਾਬਰ ਨੇ ਕਹਿੰਦਾ ਕਿਸੇ ਨੂੰ ਨਹੀਂ ਬਖਸ਼ਿਆ, ਨਾ ਉਹਨੇ ਕੋਈ ਮਸੀਤ ਢਾਉਣੋਂ ਛੱਡੀ, ਨਾ ਉਹਨੇ ਕੋਈ ਮੰਦਰ ਛੱਡਿਆ, ਨਾ ਉਹਨੇ ਇਹ ਵੇਖਿਆ ਕਿ ਇਹ ਮੁਗਲਾਣੀਆਂ ਨੇ, ਸੋਰੀ ਤੁਰਕਾਣੀਆਂ ਨੇ। ਤੁਹਾਨੂੰ ਪਤਾ ਨਾ ਕਿ ਜਿਹੜੇ ਮੁਸਲਮਾਨ ਸਨ ਹਰ ਮੁਸਲਮਾਨ ਨੂੰ ਤੁਰਕ ਕਹਿੰਦੇ ਸਨ, ਤੁਰਕ ਕਹਿੰਦੇ ਬਿਲਕੁਲ, ਬਲਕਿ ਇੱਥੇ ਵੀ ਕਹਿੰਦੇ ਸਨ, ਇੱਥੇ ਅਮਰੀਕਾ ਵੀ, ਆਹੋ, ਉਹਨਾਂ ਨੂੰ ਤੁਰਕ ਕਹਿੰਦੇ ਸਨ, ਹਾਂਜੀ ਟਰਕ ਸਨ। ਨਾ ਉਹਨੇ ਕੋਈ ਤੁਰਕਾਣੀ ਛੱਡੀ, ਨਾ ਉਹਨੇ ਪਠਾਣੀ ਛੱਡੀ, ਨਾ ਉਹਨੇ ਕੋਈ ਮਤਲਬ ਬਾਬਾ ਉਹਨਾਂ ਦੇ ਸਾਰਿਆਂ ਦਾ ਜ਼ਿਕਰ ਕਰਦਾ ਕਿ ਉਹਨੇ ਸਭ ਦੀ ਇੱਕੋ ਜਿਹੀ ਤਬਾਹੀ ਕੀਤੀ। ਠੀਕ, ਬਿਲਕੁਲ ਠੀਕ ਹੈ, ਕਿਉਂਕਿ ਉਹ ਬਸ ਜਾਬਰ ਆਦਮੀ ਹੈ ਔਰ ਇੱਕ ਉਹ ਹਮਲਾਵਰ ਹੈ ਔਰ ਉਹ ਉਹਦੇ 'ਚ ਅਟੈਕ ਕਰਕੇ ਉਹ ਕਿਸੇ ਨੂੰ ਇੱਕ ਨੂੰ ਫੇਵਰ ਨਹੀਂ ਕਰੇਗਾ। ਬਿਲਕੁਲ, ਮਤਲਬ ਬਾਬਾ ਇਹ ਦੱਸਦਾ ਹੈ ਕਿ ਬਈ ਕਿਵੇਂ ਉਸ ਨੇ ਡਿਸਟ੍ਰਕਸ਼ਨ ਕੀਤੀ ਪੂਰੇ ਲੋਕਾਂ ਦੀ, ਲੋਕਾਂ ਦੀ ਉਹਨੇ ਕਿਵੇਂ ਜੜ ਮਾਰ ਦਿੱਤੀ ਔਰ ਲੋਕਾਂ ਨੂੰ ਕਿਵੇਂ ਉਹਨੇ ਮਾਰਿਆ ਔਰ ਕਿਵੇਂ ਉਹਨਾਂ ਦੇ ਇਬਾਦਤਗਾਹਾਂ ਨੂੰ ਕਿਵੇਂ ਉਹਨਾਂ ਦੀ ਇੱਜ਼ਤਾਂ ਦੇ ਨਾਲ ਕਿਵੇਂ ਉਹਨੇ ਉਹਨੇ ਕੀਤਾ। ਸੋ ਇਸ ਵਾਸਤੇ ਬਾਬਾ ਇਹ ਕਹਿ ਕੇ ਲੋਕ ਤਾਰੀਖ ਦੀ ਇੱਕ ਨਵੀਂ ਨੀਂਹ ਰੱਖ ਰਿਹਾ ਹੈ ਔਰ ਉਹ ਲੋਕ ਤਾਰੀਖ ਅਗਰ ਤੁਸੀਂ ਇੱਥੋਂ ਵੇਖੋ ਬਾਬੇ ਦੀ ਇਸ ਕਮਿਊਨਿਟੀ ਤੋਂ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਿੱਖ ਮਤ ਜਿਹੜੀ ਹੈ ਇਹ ਅੱਗੇ ਜਾ ਕੇ ਮੁਗਲਾਂ ਦੇ ਨਾਲ ਕਿਉਂ ਟਕਰਾਉਂਦੀ ਹੈ, ਕਿਉਂਕਿ ਬਾਬਾ ਆਮ ਸੂਫੀ ਜਾਂ ਭਗਤਾਂ ਦੀ ਤਰ੍ਹਾਂ ਜਿਹੜਾ ਹੈ ਉਹ ਕੋਈ ਜਨਰਲ ਰਮਜ਼ਾ ਨਹੀਂ ਕਰ ਰਿਹਾ, ਕੋਈ ਸੈਂਤਾ ਨਹੀਂ ਮਾਰ ਰਿਹਾ, ਕੋਈ ਇਹ ਨਹੀਂ ਕਰ ਰਿਹਾ, ਉਹ ਸਿੱਧਾ ਸਿੱਧਾ ਕਹਿ ਰਿਹਾ ਕਿ ਇਹ ਇੱਕ ਜ਼ੁਲਮ ਦਾ ਨਿਜ਼ਾਮ ਕਾਇਮ ਹੋ ਰਿਹਾ ਔਰ ਇਹ ਜ਼ੁਲਮ ਦਾ ਨਿਜ਼ਾਮ ਜਿਹੜਾ ਹੈ ਬਾਬਰ ਲੈ ਕੇ ਆ ਰਿਹਾ ਔਰ ਇਹ ਜ਼ੁਲਮ ਦਾ ਨਿਜ਼ਾਮ ਜਿਹੜਾ ਹੈ ਨਹੀਂ ਹੋਣਾ ਚਾਹੀਦਾ। ਔਰ ਜ਼ਾਹਰ ਗੱਲ ਹੈ ਕਿ ਇਸੇ ਵਜ੍ਹਾ ਤੋਂ ਫਿਰ ਅਸੀਂ ਦੇਖਦੇ ਹਾਂ ਕਿ ਫਿਰ ਉਹਦੇ 'ਤੇ ਜਿਹੜੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਸਿੱਖ ਮਤ ਦੀ ਤਹਿਰੀਕ ਹੈ ਅਗਰ ਤੁਸੀਂ ਉਹ ਦੇਖੋ ਤਾਂ ਉਹ ਮੁੱਢਲੇ ਤੌਰ 'ਤੇ ਤਾਂ ਉਹ ਇੱਕ ਕੌਮ ਪ੍ਰਸਤ ਤਹਿਰੀਕ ਹੈ, ਯਾਨੀ ਐਸੀ ਕੌਮ ਪ੍ਰਸਤ ਤਹਿਰੀਕ ਹੈ ਜਿਹੜੀ ਕਿ ਛੋਟਿਆਂ ਤਬਕਿਆਂ ਤੋਂ ਸ਼ੁਰੂ ਹੋਈ। ਠੀਕ ਹੈ, ਛੋਟਿਆਂ ਤਬਕਿਆਂ ਤੋਂ ਮੁਰਾਦ ਇਹ ਹੈ ਕਿ ਕਹਿੰਦੇ ਤਾਂ ਉਹਨਾਂ ਨੂੰ ਪਹਿਲੇ ਤਾਂ ਇਹ ਹੈ ਕਿ ਦਸਤਕਾਰ ਜ਼ਿਆਦਾ ਜਿਹੜੇ ਨੇ ਬਾਬੇ ਨਾਨਕ ਦੇ ਮੁਰੀਦ ਹੋਏ, ਆਪਣਾ ਤਰਖਾਣ, ਲੁਹਾਰ, ਜੁਲਾਏ ਇਹ ਜ਼ਿਆਦਾ ਸਨ ਆਪ ਦੇ ਮੁਰੀਦਾਂ ਦੇ ਵਿੱਚ, ਵਰਕਿੰਗ ਕਲਾਸ ਜਿਹੜੀ ਸੀ। ਔਰ ਜਦੋਂ ਉਹ ਲੱਗਾ ਕਿ ਇਹ ਕੋਈ ਫੋਰਸ ਬਣ ਰਹੀ ਹੈ ਅਤੇ ਫਿਰ ਜੱਟਾਂ ਦਾ ਵੀ ਜਿਹੜਾ ਬਹੁਤ ਹੀ ਮਾੜਾ ਹਿੱਸਾ ਸੀ ਨਾ, ਵਧੋਲਿਆ ਹਿੱਸਾ ਸੀ, ਉਸ ਤਹਿਰੀਕ ਦੇ ਵਿੱਚ ਸ਼ਾਮਿਲ ਹੋਣਾ ਸ਼ੁਰੂ ਹੋ ਗਿਆ। ਠੀਕ ਹੈ, ਔਰ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਅੱਗੇ ਚੱਲ ਕੇ ਜਾ ਕੇ ਦੇਖੋਗੇ ਜਿਹੜੀਆਂ ਸਿੱਖ ਮਿਸਲਾਂ ਬਣੀਆਂ ਜਿਨ੍ਹਾਂ ਨੇ ਪੰਜਾਬ ਨੂੰ ਦੇ ਮੁਖਤਲਿਫ ਇਲਾਕਿਆਂ ਦੇ ਉੱਤੇ ਆਪਣਾ ਹਕੂਮਤ ਕਾਇਮ ਕੀਤੀ, ਅਤੇ ਅਗਰ ਤੁਸੀਂ ਉਹਨਾਂ ਦੀ ਸ਼ੁਰੂਆਤ ਵੀ ਵੇਖੋ ਉਹ ਕਿੰਨਾ ਲੋਕਾਂ ਨੇ ਬਣਾਈਆਂ, ਉਹ ਬਹੁਤ ਹੀ ਆਪਣਾ ਬਹੁਤ ਹੀ ਛੋਟੇ ਲੋਕ ਸਨ, ਬਹੁਤ ਹੀ ਓਪਰੈਸਡ ਲੋਕ ਸਨ, ਪਰ ਜੱਟਾਂ ਦੇ ਬੜਾ ਓਪਰੈਸਡ ਹਿੱਸਾ ਸੀ। ਮਿਸਲ ਭੰਗੀਆਂ, ਭੰਗੀ ਮਿਸਲ ਜਿਹੜੀ ਬਹੁਤ ਵੱਡੀ ਮਿਸਲ ਸੀਗੀ, ਭੰਗੀ ਮਿਸਲ ਜਿਹੜੀ ਹੈ ਉਹ ਇਸ ਵਾਸਤੇ ਕਿ ਉਹਦਾ ਜਿਹੜਾ ਜਿਹੜਾ ਬਣਾਉਣ ਵਾਲਾ ਸੀਗਾ ਉਸ ਮਿਸਲ ਦਾ ਉਹ ਭੰਗੀ ਸੀ, ਅਤੇ ਜਾਂ ਜਿਵੇਂ ਮਿਸਲ ਰਣਜੀਤ ਸਿੰਘ ਜਿਹੜੀ ਕਿ ਜਿੰਨੇ ਕਿ ਬਾਅਦ ਵਿੱਚ ਜਿਹੜਾ ਕਿ ਰਾਜਾ ਬਣਿਆ ਉਹ ਵੀ ਇੱਕ ਛੋਟੀ ਜਿਹੀ ਮਿਸਲ ਸੀਗੀ, ਉਹਦਾ ਪਿਓ ਵੀ ਬਹੁਤ ਛੋਟਾ ਜਿਹਾ ਇੱਕ ਆਮ ਓਪਰੈਸ ਜੱਟ ਸੀ ਵਗੈਰਾ ਵਗੈਰਾ।
ਮੈਂ ਇੱਕ ਗੱਲ ਕਹਿਣ ਦੀ ਕੋਸ਼ਿਸ਼ ਇਹ ਕਰ ਰਿਹਾ ਕਿ ਬਾਕੀ ਜਿਹੜੇ ਅਸੀਂ ਕਲਾਸੀਕਲ ਪੋਇਟਸ ਜਾਂ ਬਾਕੀ ਅਸੀਂ ਜਿਹੜੇ ਕਲਾਸਿਕ ਅਸੀਂ ਵਿਚਾਰਵਾਨ ਦੇਖਦੇ ਹਾਂ ਪੰਜਾਬ ਦੇ, ਉਹਨਾਂ ਦੇ ਵਿਚਾਰਾਂ ਦੇ ਉੱਤੇ ਕੋਈ ਕੌਮ ਪ੍ਰਸਤ ਤਹਿਰੀਕ ਨਹੀਂ ਬਣੀ। ਠੀਕ ਹੈ। ਬਾਬੇ ਨਾਨਕ ਨੇ ਜਿਹੜੀ ਜਿਸ ਤਰ੍ਹਾਂ ਦੀ ਸੋਸ਼ਲ ਫਿਲਾਸਫੀ ਔਰ ਜਿਸ ਤਰ੍ਹਾਂ ਦੀ ਡਾਇਰੈਕਟ ਕਨਫਲਿਕਟ ਵਾਲੀ ਜਿਹੜੀ ਹੈ ਕਨਫਲਿਕਟ ਨੂੰ ਉਹਨੂੰ ਉਗੇੜਿਆ ਕਿ ਇਹ ਕਨਫਲਿਕਟ ਹੈਗਾ, ਬਾਦਸ਼ਾਹ ਕਰ ਰਿਹਾ। ਠੀਕ ਹੈ, ਕਲਾਸ ਮੇਰਾ ਖਿਆਲ ਹੈ ਕਿ ਇਸ ਵਾਸਤੇ ਉਹਦੇ ਜਿਹੜੇ ਫਾਲੋਅਰ ਸਨ ਉਹਨਾਂ ਦੇ ਵਿੱਚ ਉਹ ਜਿਹੜੀ ਜਿਹੜੀ ਸੈਂਸ ਸੀਗੀ ਉਹ ਜ਼ਿਆਦਾ ਆਈ। ਨਹੀਂ, ਯੂ ਆਰ ਵੈਰੀ ਰਾਈਟ, ਕਿਉਂਕਿ ਬਾਅਦ ਜਿਹੜਾ ਜਦੋਂ ਇਹਨਾਂ ਨੇ ਇਸਟੈਬਲਿਸ਼ ਕਰ ਲਿਆ ਸਭ ਕੁਝ, ਤੇ ਉਸ ਤੋਂ ਬਾਅਦ ਵੀ ਜਦੋਂ ਉਹ ਕਿਹਾ ਤੇ ਉਹ ਕਲਾਸ ਡਿਫਰੈਂਟ ਡਿਫਰੈਂਸ ਦਾ ਜਿਹੜਾ, ਕਿਉਂਕਿ ਜਿਹੜੀ ਕਮਿਊਨਿਟੀ ਬੇਸਡ ਜਿਹੜਾ ਉਹਨੇ ਕਹਿੰਦੇ ਨਾ, ਜੋ ਬਾਅਦ ਫਿਰ ਮਾਰਕਸ ਵਗੈਰਾ ਦੇ ਨਾਲ ਲੱਗ ਗਿਆ, ਲੇਕਿਨ ਜਿਹੜਾ ਫਸਟ ਉਹਨਾਂ ਨੇ ਇਸਟੈਬਲਿਸ਼ ਕੀਤਾ ਸੀ ਜਿਹੜਾ ਪਿੰਡ ਔਰ ਜਿਹੜਾ ਉਹ ਸੀ, ਉਹ ਸਾਰਾ ਕਮਿਊਨਿਟੀ ਬੇਸਡ ਸੀ ਹਾਂਜੀ ਕਿ ਹਾਂਜੀ ਤੁਸੀਂ ਇੱਕ ਦੂਜੇ ਹਾਂਜੀ ਦੇ ਨਾਲ ਬਸ ਹੋਇਆ ਕਿ ਉਹ ਤੁਸੀਂ ਉਹ ਹਾਂ ਚੀਜ਼ ਕਰ ਮਸਲਨ ਰਹੇ ਆਪਨੇ ਆਖਰੀ ਵੇਲਾ ਜਿਹੜਾ ਉਹ ਕਰਤਾਰਪੁਰ ਸ਼ਹਿਰ ਆਬਾਦ ਕੀਤਾ ਜੀ, ਹਾਂਜੀ ਕਰਤਾਰਪੁਰ ਹਾਂਜੀ ਦਾ, ਔਰ ਹਾਂਜੀ 1200-1222 ਕਿ ਈਸਵੀ ਤੁਸੀਂ ਮੇਰਾ ਇੱਕ ਖਿਆਲ ਇੱਕ ਹੈ। ਹੀ ਉਹਦੇ 'ਤੇ ਤੰਦੂਰ ਬਲ ਜਾ ਕੇ ਰੋਟੀ ਖਾਂਦੇ, ਉਹ ਸਾਰੇ ਹਾਂ ਮਿਲ ਕੇ ਕੰਮ ਕਰ ਰਹੇ ਨੇ ਔਰ ਫਿਰ ਇਕੱਠੇ ਜਾ ਕੇ ਰੋਟੀ ਖਾਂਦੇ ਨੇ, ਉਸ ਪਰ ਬਿਲਕੁਲ ਉਹਦੇ 'ਚ ਕੋਈ ਉਹ ਮਤਲਬ ਇਹ ਹੈ ਡਿਵਾਈਡ ਕਿ ਨਹੀਂ ਸੀ। ਮਤਲਬ ਇਹ ਹੈ ਕਿ ਦੇਖੋ ਨਾ ਉਹਦੇ ਵਿੱਚ ਬਾਬੇ ਨਾਨਕ ਨੇ ਕੁਝ ਗੱਲਾਂ ਤਾਂ ਇਸਟੈਬਲਿਸ਼ ਕਰ ਦਿੱਤੀਆਂ ਜੀ, ਜਿਹੜੀਆਂ ਕਿ ਸਿੱਖ ਮਤ ਦੀ ਬੁਨਿਆਦੀ ਜਿਹੜਾ ਜਿਹੜਾ ਹੈ ਅਕੀਦਾ ਉਹ ਉਹਦੇ ਵਿੱਚ ਨੇ, ਭਾਵੇਂ ਉਹਨਾਂ 'ਤੇ ਅਮਲ ਹੁੰਦਾ ਕਿ ਨਹੀਂ ਹੁੰਦਾ, ਉਹ ਤਾਂ ਖੈਰ ਮੁਸਲਮਾਨਾਂ 'ਚ ਵੀ ਨਹੀਂ ਹੁੰਦਾ। ਮਸਲਨ ਕੋਈ ਜ਼ਾਤ ਪਾਤ ਨਹੀਂ ਹੈਗੀ, ਕੋਈ ਅਛੂਤ ਨਹੀਂ ਹੈਗਾ, ਠੀਕ ਹੈ, ਨਾ ਕੋਈ ਅਛੂਤ ਹੈ ਨਾ ਛੂਤ ਹੈ। ਠੀਕ ਹੈ, ਇਹ ਜ਼ਾਹਰ ਗੱਲ ਹੈ ਕਿ ਇਹ ਮੁਸਲਮਾਨਾਂ 'ਚ ਵੀ ਜ਼ਾਤ ਪਾਤ ਮਜ਼ਹਬ ਦੇ ਲੈਵਲ ਦੇ ਉੱਤੇ ਤਾਂ ਨਹੀਂ ਜਾਇਜ਼ ਨਹੀਂ ਸਮਝੀ ਹਾਂਜੀ ਜਾਂਦੀ, ਹਾਂਜੀ, ਲੇਕਿਨ ਇਹ ਕਿ ਜ਼ਾਤਾਂ ਅਜੇ ਵੀ ਹੈਗੀਆਂ ਨੇ। ਹਾਂ, ਲੇਕਿਨ ਸਿੱਖ 'ਚ ਨਹੀਂ ਹੈ। ਨਹੀਂ, ਸਿੱਖਾਂ 'ਚ ਵੀ ਜ਼ਾਤਾਂ ਹੈ ਨੇ, ਅੱਛਾ, ਮਤਲਬ ਸਿੱਖਾਂ ਦੇ ਵਿੱਚ ਵੀ ਜੱਟ ਅਤੇ ਨਾਨ ਜੱਟ ਨਹੀਂ ਜਿਹੜਾ ਨਹੀਂ ਹਾਂ ਠੀਕ, ਉਹ ਹੈ, ਲੇਕਿਨ ਇਹ ਕਿ ਜੋ ਬਾਬਾ ਜੀ ਨੇ ਜੋ ਜੋ ਦੱਸਿਆ ਔਰ ਜੋ ਮਤਲਬ ਉਹ ਜੋ ਪ੍ਰੈਕਟਿਸ ਕੀਤਾ, ਬਲਕਿ ਪ੍ਰੈਕਟਿਸ ਨਾ ਸਿਰਫ ਦੱਸਿਆ ਬਲਕਿ ਕਿਹਾ ਬਲਕਿ ਪ੍ਰੈਕਟਿਸ ਕੀਤਾ, ਜੋ ਪਿੰਡ ਜਿਹੜਾ ਵਸਾਇਆ ਹਾਂ ਉਹਦੇ 'ਚ ਇਹ ਨਹੀਂ ਸੀ ਕਿ ਕੋਈ ਉੱਚੀ ਜਾਤ ਹੈ, ਕੋਈ ਜਾਟ ਹੈ, ਕੋਈ ਥੱਲੇ ਜਾਤ ਹੈ, ਬਿਲਕੁਲ ਇੱਕੋ ਜਿਹਾ ਥਾਂ ਜਾ ਕੇ ਸਾਰੇ ਰੋਟੀ ਖਾ ਰਹੇ ਨੇ, ਬਿਲਕੁਲ ਇੱਕੋ ਸਕੂਲ ਬਿਲਕੁਲ ਜਾ ਰਹੇ ਨੇ, ਨਹੀਂ ਇੱਕੋ ਮਤਲਬ ਕੰਮ ਜਿਹੜਾ ਇੱਕ ਖੇਤ 'ਤੇ ਕੰਮ ਕਰ ਰਹੇ ਨੇ। ਹਾਂ, ਮਤਲਬ ਜਿਹੜਾ ਹੁਣ ਗੁਰਦੁਆਰੇ ਦੇ ਵਿੱਚ ਲੰਗਰ ਹੁੰਦਾ ਹੈ, ਗੁਰਦੁਆਰਿਆਂ ਦੇ ਵਿੱਚ ਜਿਹੜਾ ਲੰਗਰ ਹੈ ਉਹ ਹਰ ਵੇਲੇ ਜਾਰੀ ਰਹਿੰਦਾ ਹੈ, ਔਰ ਉਹਦੇ ਵਿੱਚ ਕੋਈ ਵੀ ਬੰਦਾ ਜਾ ਕੇ ਖਾ ਸਕਦਾ ਹੈ, ਉਹਦੇ ਵਿੱਚ ਜ਼ਾਤ ਪਾਤ ਦਾ ਕੋਈ ਹਿੱਸਾ ਨਹੀਂ ਹੈਗਾ ਕਿ ਤੁਸੀਂ ਇਹ ਕਿਸੇ ਬੰਦੇ ਨੂੰ ਇਹ ਰੋਕੋ ਕਿ ਇਹ ਛੋਟੀ ਜ਼ਾਤ ਦਾ ਬੰਦਾ ਹੈ ਅਤੇ ਉਹ ਬੰਦਾ ਉਹ ਲੰਗਰ ਦੇ ਵਿੱਚ ਨਹੀਂ ਆ ਸਕਦਾ। ਬਲਕਿ ਤੁਹਾਨੂੰ ਮੈਂ ਬੜੀ ਦਿਲਚਸਪ ਗੱਲ ਦੱਸਾਂ ਕਿ ਇਹ ਅੰਗਰੇਜ਼ ਦੇ ਜ਼ਮਾਨੇ ਤਾਈਂ ਜਾਂਦੇ ਜਾਂਦਿਆਂ ਜਿਹੜੇ ਜਿਹੜੇ ਗੁਰਦੁਆਰੇ ਸਨ ਸਿੱਖਾਂ ਦੇ, ਉਹਨਾਂ ਦੇ ਉੱਤੇ ਪੁਰਾਣੇ ਜਿਹੜੇ ਹਿੰਦੂ ਬ੍ਰਾਹਮਣ ਜਿਹੜੇ ਕਿ ਆਪਣੇ ਆਪ ਨੂੰ ਸਿੱਖ ਮਤ ਦੇ ਵਿੱਚ ਲੈ ਆਏ ਸਨ ਉਹਨਾਂ ਨੇ ਕਬਜ਼ਾ ਕਰ ਲਿਆ ਸੀ, ਔਰ ਉਹਨਾਂ ਨੇ ਜ਼ਾਤ ਪਾਤ ਦਾ ਨਿਜ਼ਾਮ ਵਾਪਸ ਲਿਆਂਦਾ ਸੀ ਗੁਰਦੁਆਰਿਆਂ ਦੇ ਵਿੱਚ। ਅੱਛਾ ਅੱਛਾ, ਸੋ ਲਿਹਾਜ਼ਾ ਜਿਹੜੀ ਇਹ ਜਿਹੜੀ ਸਿੰਘ ਸਭਾਵਾਂ ਦੀ ਤਹਿਰੀਕ ਹੈ ਨਾ, ਇਹਨੂੰ ਤਾਂ ਇੰਝ ਅਸੀਂ ਪੋਰਟਰੇ ਕਰਦੇ ਹਾਂ ਨਾ ਸਾਰੇ ਕਿ ਜਿਵੇਂ ਇਹ ਮੁਸਲਮਾਨਾਂ ਦੇ ਖਿਲਾਫ ਸੀ, ਹਾਲਾਂਕਿ ਇਹਦਾ ਸ਼ੁਰੂਆਤ ਮੁਸਲਮਾਨਾਂ ਦੇ ਖਿਲਾਫ ਕੋਈ ਨਹੀਂ ਸੀ ਹੈਗਾ, ਇਹਦਾ ਕੋਈ ਤਲਕ ਮੁਸਲਮਾਨਾਂ ਨੂੰ ਨਹੀਂ ਸੀ ਹੈਗਾ। ਉਹਦੀ ਉਹਦੀ ਇੱਕ ਤਾਂ ਉਹਦਾ ਵਜ੍ਹਾ ਇਹ ਸੀ ਕਿ ਸਿੱਖ ਜਿਹੜੇ ਨੇ ਉਹ ਧੜਾ ਧੜ
ਉਹਨਾਂ 'ਚ ਬਹੁਤ ਸਾਰਾ ਹਿੱਸਾ ਜਿਹੜਾ ਨਾ ਉਹ ਜਲਦੀ ਜਲਦੀ ਕ੍ਰਿਸਚਨ ਹੋ ਰਿਹਾ ਸੀ। ਇੱਕ ਤਾਂ ਸਿੱਖ ਉਸ ਕਨਵਰਸ਼ਨ ਨੂੰ ਰੋਕਣਾ ਚਾਹੁੰਦੇ ਸਨ ਸਿੰਘ ਸਭਾਵਾਂ ਦੇ ਥਰੂ, ਦੂਜਾ ਸਿੰਘ ਸਭਾਵਾਂ ਦੇ ਥਰੂ ਉਹ ਜਿਹੜੇ ਗੁਰਦੁਆਰੇ ਨੇ ਉਹਨਾਂ ਦਾ ਨਿਜ਼ਾਮ ਵੀ ਸਹੀ ਕਰਨਾ ਚਾਹੁੰਦੇ ਸਨ। ਮਤਲਬ ਇਹ ਵਾਕਿਆ ਜਿਹੜਾ ਹੈਗਾ ਹੈ, ਮੈਨੂੰ ਨਾਮ ਉਹਦਾ ਭੁੱਲ ਰਿਹਾ, ਬਹੁਤ ਵੱਡਾ ਸਿੱਖਾਂ ਦਾ ਉਹ ਭਾਈ ਸੀ, ਲੀਡਰ ਸੀ, ਉਹ ਹੁਣ ਜਿਹੜਾ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਵਿੱਚ ਜਦੋਂ ਲੰਗਰ ਤਕਸੀਮ ਹੋਣਾ ਸ਼ੁਰੂ ਹੋਇਆ ਜੀ, ਅਤੇ ਉਹ ਉਸ ਬੰਦੇ ਨੂੰ ਉਹ ਵੀ ਸਿੱਖ ਹੈ ਲੇਕਿਨ ਉਹ ਛੋਟੀ ਜਾਤ ਦਾ ਹੈ, ਕਮੀ ਹੈ, ਕਮੀ ਜਾਤ ਤੋਂ ਹੈ, ਭਾਵੇਂ ਉਹ ਆਲਮ ਹੋ ਗਿਆ, ਉਹਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ। ਸੋ ਇਸ ਤਰ੍ਹਾਂ ਦੇ ਵਾਕਿਆਤ ਆਮ ਹੋਣ ਲੱਗ ਪਏ ਔਰ ਉਹ ਕਲਾਸ ਔਰ ਜੋ ਕਾਸ ਜਿਹੜੀ ਸੀ ਉਹ ਗੁਰਦੁਆਰਿਆਂ ਵਿੱਚ ਵਾਪਸ ਆ ਗਈ, ਜਿਹੜੀ ਜਿਹੜੀ ਬਾਬੇ ਨੇ ਮਨ੍ਹਾ ਕੀਤੀ ਸੀ। ਅਤੇ ਇਸ ਵਾਸਤੇ ਉਹ ਉਹਨੂੰ ਸਾਫ਼ ਕਰਨ ਲਈ ਵੀ ਦੁਬਾਰਾ ਜਿਹੜਾ ਨਾ ਉਹ ਸਿੰਘ ਸਭਾਵਾਂ ਦਾ ਇਹ ਵੀ ਫੰਕਸ਼ਨ ਹੈਗਾ ਸੀ। ਲੇਕਿਨ ਇਹ ਹੈ ਕਿ ਬਾਬੇ ਨੇ, ਬਲਕਿ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਬਾਬੇ ਨੇ ਔਰ ਸਿੱਖਾਂ ਦੇ ਵਿੱਚ ਜਿਹੜਾ ਜਿਹੜੀ ਟ੍ਰੈਡੀਸ਼ਨ ਕਾਇਮ ਕੀਤੀ ਉਹਦੇ ਵਿੱਚ ਜੈਂਡਰ ਇਕੁਐਲਿਟੀ ਨੂੰ ਵੀ ਸ਼ਾਮਿਲ ਕੀਤਾ, ਔਰਤ ਮਰਦ ਵੀ ਜਿਹੜੇ ਨੇ ਉਹ ਇਕੁਅਲ ਨੇ। ਇਹ ਇੱਕ ਬਹੁਤ ਹੀ ਅਗੂਆਂ ਬਹੁਤ ਹੀ ਸਿਗਨੀਫਿਕੈਂਟ ਔਰ ਅਗੂਆਂ ਕੰਮ ਸੀਗਾ। ਇਸ ਵਾਸਤੇ ਤੁਸੀਂ ਦੇਖੋ ਕਿ ਬਾਦ ਸਿੱਖਾਂ ਦੇ ਵਿੱਚ ਜਿਹੜੇ ਨਾਂ ਹੁੰਦੇ ਨੇ ਮਰਦ ਅਤੇ ਔਰਤ ਦੇ, ਉਹ ਤਕਰੀਬਨ ਇੱਕ ਹੀ ਹੁੰਦੇ ਨੇ। ਜਿਹੜਾ ਬੰਦਾ ਹੋਏਗਾ ਉਹਦੇ ਨਾਲ ਨਾਲ ਸਿੰਘ ਲੱਗ ਜਾਏਗਾ, ਅੰਮ੍ਰਿਤ ਕੌਰ ਅਤੇ ਅੰਮ੍ਰਿਤ ਸਿੰਘ। ਠੀਕ, ਇਸ ਵਾਸਤੇ ਜਿਹੜੇ ਮਰਦ ਔਰਤ ਦੇ ਦਰਮਿਆਨ ਵੀ ਜਿਹੜਾ 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 ਫਰਕ ਹੈ ਉਹਨੂੰ ਵੀ ਖਤਮ ਕੀਤਾ। ਜਾਤਾਂ ਬਰਾਦਰੀਆਂ ਸਭ ਕੁਛ, ਇਨਸਾਨ ਇੱਕ ਹੈ। ਯਾਨੀ ਅਸਲ ਦੇ ਵਿੱਚ ਤਾਂ ਬਾਬਾ ਜਿਹੜਾ ਹੈ ਉਹ ਕਰ ਰਿਹਾ ਸੀ ਕਿ ਬਈ ਜਿਹੜੀ ਜਿਹੜੇ ਮਜ਼ਹਬ ਨੇ ਪਹਿਲੇ, ਜਾਂ ਇਸਲਾਮ ਹੈ, ਇਸਲਾਮ ਦੇ ਥੋੜ੍ਹਾ ਨੇੜੇ ਸੀ, ਕਿ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਪ੍ਰੀਚ ਕੀਤਾ ਗਿਆ ਸੀ, ਜੋ ਜ਼ਾਤ ਪਾਤ ਨੂੰ ਮੁਕਾਇਆ ਗਿਆ ਸੀ, ਜੋ ਇਕੁਐਲਿਟੀ ਪ੍ਰੀਚ ਕੀਤੀ ਗਈ ਸੀ, ਉਹ ਇਹਨਾਂ ਨੇ ਨਹੀਂ ਉਹਨਾਂ ਨੇ ਖਰਾਬ ਕਰਤੀ ਹੈ ਮੌਲਵੀਆਂ ਨੇ ਆ ਕੇ। ਇਸ ਲਈ ਉਹਨੂੰ ਮੈਂ ਦੁਬਾਰਾ ਤੋਂ ਉਹਨੂੰ ਦੁਬਾਰਾ ਤੋਂ ਜ਼ਿੰਦਾ ਕਰਨ ਲਈ, ਉਹਨੂੰ ਦੁਬਾਰਾ ਤੋਂ ਲੋਕਾਂ ਵਿੱਚ ਲਿਆਉਣ ਲਈ ਬਾਬੇ ਨੇ ਇਸ ਵਾਸਤੇ ਵੀ ਇਹ ਜਿਹੜੀ ਹੈ ਆਪਣੀ ਪ੍ਰਚਾਰ ਸ਼ੁਰੂ ਕੀਤਾ ਸੀ। ਅੱਛਾ, ਜਿਤਨੀਆਂ ਉਦਾਸੀਆਂ ਨੇ, ਮੇਰੇ ਹੁਣੇ ਇੱਕਦਮ ਮੇਰੇ ਜ਼ਿਹਨ 'ਚ ਆਇਆ, ਜਿਹੜੀ ਜਿਤਨੀਆਂ ਉਦਾਸੀਆਂ ਨੇ ਉਹਨਾਂ ਦਾ ਮਕਸਦ ਇਹ ਨਹੀਂ ਸੀ ਕਿ ਜਾ ਕੇ ਪ੍ਰੀਚ ਕਰੋ, ਉਹਨਾਂ ਦਾ ਮਕਸਦ ਇਹ ਸੀ ਕਿ ਜਾ ਕੇ ਡਿਬੇਟ ਕਰੋ ਔਰ ਲਰਨ ਕਰੋ। ਜੀ ਹਾਂ, ਕਿਉਂਕਿ ਜਿਹੜੀ ਸਿੱਖ ਜਦੋਂ ਫਿਰ ਰਿਲੀਜਨ ਪੂਰਾ ਸਟਾਰਟ ਹੋ ਗਿਆ ਔਰ ਸਾਰਾ, ਕਿਉਂਕਿ ਹੁਣ ਇਸ ਟਾਈਮ ਹਾਲ ਇਹ ਹੈ ਕਿ ਸਿੱਖ ਦਾ ਮਤਲਬ ਪੰਜਾਬੀ, ਪੰਜਾਬੀ ਦਾ ਮਤਲਬ ਹੈ ਸਿੱਖ। ਠੀਕ ਹੈ, ਤਾਂ ਜਿਤਨੇ ਵੀ ਕਨਵਰਜਨ ਹੋਈ, ਜਿਤਨੀ ਵੀ ਹੋਈ, ਚਾਹੇ ਛੋਟੀ ਜਾਤ ਤੁਸੀਂ ਜਾਂ ਵੱਡੀ ਜਾਤ ਤੁਸੀਂ, ਉਹ ਸਿਰਫ ਪੰਜਾਬ ਔਰ ਪੰਜਾਬ ਦੇ ਅਰਾਊਂਡ ਉਹਨੂੰ ਸਮਝਿਆ ਜਾਂਦਾ ਹੈ। ਇਹ ਨਹੀਂ ਮਤਲਬ ਹੈ ਕਿ ਅਗਰ ਬਗਦਾਦ ਗਏ ਨੇ ਜਾਂ ਮੱਕੇ ਮਦੀਨੇ ਗਏ ਨੇ ਉੱਥੇ ਕਨਵਰਜਨ ਉਸ ਤਰ੍ਹਾਂ ਨਹੀਂ ਹੋਈ, ਜਾਂ ਹੋਈ ਹੈ, ਜਾਂ ਅਗਰ ਹੋਈ ਹੈ ਤਾਂ ਦੇਖੋ ਜੀ, ਅਗਰ ਅਗਰ ਫਰਜ਼ ਕਰੋ ਉਸ ਵੇਲੇ ਬਗਦਾਦ ਦੇ ਵਿੱਚ ਗੁਰਦੁਆਰਾ ਬਣਿਆ, ਮਤਲਬ ਮੈਂ ਐਵੇਂ ਦੇਵਾ ਲਾ ਰਿਹਾ ਜਿਹਨੂੰ ਪਤਾ ਨਹੀਂ ਹੈਗਾ, ਮੈਂ ਤਾਂ ਕੋਈ ਰਿਸਰਚ ਨਹੀਂ ਪੇਸ਼ ਕਰ ਰਿਹਾ, ਲੇਕਿਨ ਅਗਰ ਅਗਰ ਬਗਦਾਦ ਦੇ ਵਿੱਚ ਗੁਰਦੁਆਰਾ ਬਣਾਉਂਦੇ ਨੇ ਉਹ, ਅਤੇ ਉਸ ਵੇਲੇ ਮੇਰਾ ਨਹੀਂ ਖਿਆਲ ਹੈ ਕਿ ਉੱਥੇ ਪੰਜਾਬੀ ਹੈ ਸੰਗ ਬਗਦਾਦ ਦੇ। ਮੈਂ ਮੇਰਾ ਇਹੀ ਸਵਾਲ ਹੈ ਨਾ ਕਿ ਉਹ ਪੰਜਾਬ ਦੇ ਨਾਲ ਜ਼ਿਆਦਾ ਉਹ ਇੱਕ ਲਿੰਕਅਪ ਹੋ ਗਿਆ, ਮੇਰਾ ਇਹੀ ਸਵਾਲ ਹੈ। ਹਾਂ, ਮਤਲਬ ਕਿਉਂਕਿ ਉਹ ਜਿਹੜੀ ਜਿਹੜੀ ਤਹਿਰੀਕ ਸੀਗੀ ਬਾਬੇ ਦੀ, ਉਹਦਾ ਚੂੰਕਿ ਸੈਂਟਰ ਪੰਜਾਬ ਸੀਗਾ,
ਔਰ ਪੰਜਾਬੀ ਲੋਕਾਂ 'ਚ ਹੀ ਉਹ ਜ਼ਿਆਦਾ ਪਾਪੂਲਰ ਹੋਈ ਔਰ ਪੰਜਾਬ ਦੇ ਵਿੱਚ ਹੀ ਉਹ ਅੱਗੇ ਵਧੀ। ਪੰਜਾਬ ਵਿੱਚ ਉਹਦਾ ਸਿਆਸੀ ਉਭਾਰ ਵੀ ਹੋਇਆ, ਪੰਜਾਬ ਵਿੱਚ ਉਹਦਾ ਰਾਜ ਵੀ ਕਾਇਮ ਹੋਇਆ। ਇਸ ਵਾਸਤੇ ਉਹ ਜ਼ਾਹਰ ਗੱਲ ਹੈ ਕਿ ਉਹਦਾ 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 ਵੱਡਾ ਹਿੱਸਾ, ਮੁੱਢਲਾ ਹਿੱਸਾ ਜਿਹੜਾ ਉਹ ਤਾਂ ਉਹ ਤਾਂ ਪੰਜਾਬੀ ਹੀ ਗਵਾਇਆ। ਉਹੀ ਗਵਾਇਆ। ਮੇਰਾ ਇਹੀ ਸਵਾਲ ਸੀ ਕਿ ਉਹ ਇੱਕ ਤਾਂ ਸਿਰਫ ਪੰਜਾਬ ਡੋਮੀਨੇਟਿਡ ਹੋ ਗਿਆ, ਨਾ ਸਿਰਫ ਪੰਜਾਬ ਡੋਮੀਨੇਟਿਡ ਹੋ ਗਿਆ ਬਲਕਿ ਜਦੋਂ ਰਣਜੀਤ ਸਿੰਘ ਆਇਆ ਔਰ ਪੂਰੇ ਹਿੰਦੁਸਤਾਨ 'ਤੇ ਉਹਨੇ ਹਕੂਮਤ ਕੀਤੀ ਉਦੋਂ ਵੀ ਉਹ ਪੂਰੇ ਹਿੰਦੁਸਤਾਨ 'ਤੇ ਨਹੀਂ ਹਕੂਮਤ ਕੀਤੀ, ਮਤਲਬ ਪੰਜਾਬ 'ਚ ਪੰਜਾਬ 'ਤੇ ਕੀਤੀ, ਲੇਕਿਨ ਪੰਜਾਬ ਤੋਂ ਹਾਂ ਠੀਕ ਹੈ ਪੰਜਾਬ 'ਤੇ ਕੀਤੀ, ਲੇਕਿਨ ਪੰਜਾਬ ਤੋਂ ਬਾਹਰ ਜਿਹੜਾ ਨਾ ਉਹ ਸਿੱਖ ਇਜ਼ਮ ਜਿਹੜਾ ਐਜ਼ ਐਨ ਇਜ਼ਮ ਉਹ ਕਿਉਂ ਨਹੀਂ ਜਾ ਸਕਿਆ? ਮਤਲਬ ਇਹ ਹੈ ਕਿ ਟਰਾਂਸਲੇਟ ਕਰਨਾ ਪੈਂਦਾ, ਉਹ ਟਰਾਂਸਲੇਸ਼ਨ ਨਹੀਂ ਉਸ ਤਰ੍ਹਾਂ ਹੋ ਸਕਦੀ, ਬਾਬੇ ਦਾ ਪੈਗਾਮ ਉਸ ਤਰ੍ਹਾਂ ਨਹੀਂ ਹੁੰਦਾ। ਮੇਰਾ ਖਿਆਲ ਹੈ ਕਿ ਸਿੱਖਇਜ਼ਮ ਜਿਹੜਾ ਹੈ ਉਹ ਤਕਰੀਬਨ ਆਖਰੀ ਯਾਨੀ ਮਤਲਬ ਲੇਟੈਸਟ ਮਜ਼ਹਬ ਹੈ ਔਰ ਉਸ ਤੋਂ ਬਾਅਦ ਕੋਈ ਨਵੇਂ ਮਜ਼ਹਬ ਬਣੇ ਵੀ ਨਹੀਂ ਹੈ। ਯਾਨੀ ਇਹ ਨਹੀਂ ਕਿ ਸਿੱਖਇਜ਼ਮ ਬਾਹਰ ਨਹੀਂ ਗਿਆ, ਸਿੱਖਇਜ਼ਮ ਵੈਸੇ ਬਾਹਰ ਗਿਆ ਹੈ। ਤੁਹਾਨੂੰ ਸ਼ਾਇਦ ਅੰਦਾਜ਼ਾ ਨਹੀਂ ਹੈਗਾ ਕਿ ਅਮਰੀਕਾ ਦੇ ਵਿੱਚ ਵਾਈਟ ਸਿੱਖ ਜਿਹੜੇ ਨੇ ਉਹਨਾਂ ਦਾ ਇੱਕ ਆਪਣਾ ਫਿਰਕਾ ਹੈ। ਮੇਰਾ ਸਵਾਲ ਸੀ ਔਰ ਮੈਨੂੰ ਇਹ ਵਾਕਈ ਨਹੀਂ ਪਤਾ ਸੀ, ਠੀਕ ਹੈ ਹਾਂਜੀ, ਮੈਂ ਇਹੀ ਪੁੱਛਣ ਲੱਗਾ। ਉਹ ਇੱਕ ਵਾਈਟ ਸਿੱਖਸ ਦਾ ਇੱਕ ਬਹੁਤ ਵੱਡਾ, ਬਹੁਤ ਵੱਡੀ ਕਮਿਊਨਿਟੀ ਹੈ ਵਾਈਟ ਸਿੱਖਸ ਦੀ, ਜਿਹੜੇ ਕਿ ਪਿਓਰ ਅਮੈਰੀਕਨ ਵਾਈਟਸ ਨੇ। ਹਾਂਜੀ, ਔਰ ਉਹਨਾਂ ਦੇ ਗੁਰਦੁਆਰੇ ਵੀ ਵੱਖਰੇ ਨੇ, ਕਈਆਂ ਜਗ੍ਹਾ 'ਤੇ ਉਹ ਆਮ ਗੁਰਦੁਆਰਿਆਂ 'ਚ ਵੀ ਜਾਂਦੇ ਨੇ, ਲੇਕਿਨ ਉਹਨਾਂ ਦੇ ਗੁਰਦੁਆਰੇ ਵੀ ਵੱਖਰੇ ਨੇ। ਇਸੇ ਤਰ੍ਹਾਂ ਜਿਹੜੇ ਹੋਰ ਮੈਂ ਕਾਲੇ ਸਿੱਖ, ਕਾਲੇ ਅਮੈਰੀਕਨ ਅਫਰੀਕਨ ਸਿੱਖ ਦੇਖੇ ਨੇ, ਬਲਕਿ ਸਾਡੇ ਇੱਕ ਮੇਰੇ ਜਾਣਨ ਵਾਲਾ ਹੈ ਉਹਦਾ ਪਨਵਈਆ ਜਿਹੜਾ ਹੈਗਾ ਉਹ ਅਫਰੀਕਨ ਅਮੈਰੀਕਨ ਹੈ। ਔਰ ਉਹਨਾਂ ਦਾ ਗੁਰਦੁਆਰਾ ਵੱਖਰਾ? ਨਹੀਂ ਨਹੀਂ, ਉਹਨਾਂ ਦਾ ਵੱਖਰਾ ਨਹੀਂ ਹੈਗਾ, ਉਹਨਾਂ ਦੀ ਤਾਦਾਦ ਇੰਨੀ ਨਹੀਂ ਹੈਗੀ। ਅੱਛਾ, ਸੋ ਇਸ ਵਾਸਤੇ ਇਹ ਨਹੀਂ ਕਹਿ ਸਕਦੇ ਕਿ ਦੂਜੀਆਂ ਕਮਿਊਨਿਟੀਜ਼ 'ਚ ਸਿੱਖ ਮਤ ਗਿਆ ਨਹੀਂ ਹੈ। ਅੱਛਾ ਅੱਛਾ, ਹਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ 'ਚ ਕੋਈ ਸਿਗਨੀਫਿਕੈਂਟ ਪਾਰਟ ਨਹੀਂ ਹੈ ਸਿੱਖਇਜ਼ਮ ਦਾ ਜਿਵੇਂ ਕਿ ਪੰਜਾਬ ਵਿੱਚ। ਅੱਛਾ ਜੀ, ਬਾਬਾ ਫਰੀਦ ਤੋਂ ਲੈ ਕੇ ਅਤੇ ਬਾਬਾ ਨਾਨਕ ਤੱਕ ਡਿਕਸ਼ਨ ਕਿਆ ਚੇਂਜ ਹੋਇਆ ਔਰ ਇਹ ਕਿ ਲੈਂਗੁਏਜ 'ਤੇ ਜੋ ਇੰਪੈਕਟ ਹੋਇਆ ਉਹ ਕੀ ਰਿਹਾ, ਇਹ ਵੀ ਥੋੜ੍ਹਾ ਦੱਸੋ। ਮੇਰਾ ਖਿਆਲ ਹੈ ਕਿ ਬਾਬੇ ਨਾਨਕ ਦਾ ਜਿਹੜਾ ਡਿਕਸ਼ਨ ਹੈ ਉਹ ਬਹੁਤ ਮੁਖਤਲਿਫ ਹੈ ਬਾਬਾ ਫਰੀਦ ਤੋਂ। ਅੱਛਾ, ਔਰ ਬਾਬਾ ਫਰੀਦ ਦਾ ਦੋਹੇ ਦਾ ਡਿਕਸ਼ਨ ਸੀ, ਮੁਕਤਸਰ ਦੋ ਲਾਈਨਾਂ ਚਾਰ ਲਾਈਨਾਂ ਦਾ ਡਿਕਸ਼ਨ ਸੀ। ਬਾਬੇ ਨਾਨਕ ਦਾ ਜਿਹੜਾ ਸੀ ਉਹ ਦੂਜਾ ਡਿਕਸ਼ਨ ਸੀ, ਮਤਲਬ ਇਹ ਹੈ ਕਿ ਇੱਕ ਲੈਂਥੀ ਡਾਇਲਾਗ ਔਰ ਉਹ ਲੈਂਥੀ ਡਾਇਲਾਗ ਨੇ ਕਿਉਂਕਿ ਕੰਪੋਜ਼ ਵੀ ਹੋਣਾ ਹੁੰਦਾ ਸੀ, ਮਿਊਜ਼ੀਕਲ ਉਹਦੀ ਜਿਹੜੀ ਕੁਆਲਿਟੀ ਆ ਉਹ ਵੀ ਜਿਹੜੀ ਉਹ ਦੇਖਦੇ ਸਨ। ਅਤੇ ਬਾਬੇ ਨਾਨਕ ਦਾ ਬਹੁਤ ਜਿਹੜਾ ਉਹ ਡਿਫਰੈਂਟ ਡਿਕਸ਼ਨ ਹੈ, ਲੇਕਿਨ ਔਰ ਜ਼ਬਾਨ ਵੀ ਜਿਹੜੀ ਬਾਬੇ ਨਾਨਕ ਨੇ ਯੂਜ਼ ਕੀਤੀ ਜ਼ਿਆਦਾ ਉਹਨੂੰ ਕਿਹਾ ਜਾਂਦਾ ਸੁਦੋਕੜੀ, ਸਾਧੂਆਂ ਦੀ ਜ਼ਬਾਨ। ਮਤਲਬ ਇਹ ਹੈ ਕਿ ਉਹ ਉਸ ਵੇਲੇ ਦੀ ਜਿਹੜੀ ਫਿਲੋਸੋਫੀਕਲ ਥਾਟ, ਜਿਹੜੇ ਫਿਲੋਸੋਫੀਕਲ ਸਰਕਲਸ ਨੇ ਉਹ ਜਿਹੜੀ ਜ਼ਬਾਨ ਯੂਜ਼ ਕਰ ਰਹੇ ਸਨ ਉਹ ਜ਼ਬਾਨ ਜਿਹੜੀ ਹੈ ਉਹ ਬਾਬੇ ਨਾਨਕ ਨੇ ਯੂਜ਼ ਕੀਤੀ। ਮਿਸਾਲ ਦੇ ਤੌਰ 'ਤੇ ਅਗਰ ਤੁਸੀਂ ਅੱਗੇ ਚਲ ਜਾਓ 16th ਸੈਂਚਰੀ ਦੇ ਵਿੱਚ, ਅਤੇ ਬਹੁਤ ਫਰਕ ਨਹੀਂ ਹੈਗਾ,
ਅਤੇ ਸ਼ਾਹ ਹੁਸੈਨ ਦੀ ਜਿਹੜੀ ਜ਼ਬਾਨ ਹੈ, ਸ਼ਾਹ ਹੁਸੈਨ ਦੀ ਜ਼ਬਾਨ ਤਕਰੀਬਨ ਕੰਟੈਂਪਰੇਰੀ ਜ਼ਬਾਨ ਹੈ। ਅੱਛਾ, ਹਾਂ, ਮਤਲਬ ਅੱਜ ਵੀ ਤੁਸੀਂ ਸ਼ਾਹ ਹੁਸੈਨ ਨੂੰ ਕਿਉਂਕਿ ਉਹ ਇਤਨਾ ਡਿਫਰੈਂਸ ਨਹੀਂ ਹੈ, ਨਹੀਂ ਡਿਫਰੈਂਸ ਅੱਜ ਦੀ ਜ਼ਬਾਨ 'ਚ, ਉਹਨਾਂ ਦੀ ਜ਼ਬਾਨ 'ਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਮਤਲਬ ਚੰਦ ਇੱਕ ਲਫ਼ਜ਼ ਹੋਣਗੇ ਵੋਕੈਬਲਰੀ ਦੇ ਵਿੱਚ ਜਿਹੜੇ ਕਿ ਮੁਖਤਲਿਫ ਹੋਣਗੇ, ਲੇਕਿਨ ਵੈਸੇ ਸ਼ਾਹ ਹੁਸੈਨ ਦੀ ਜ਼ਬਾਨ ਜਿਹੜੀ ਬਹੁਤ ਕੰਟੈਂਪਰੇਰੀ ਜ਼ਬਾਨ ਹੈ। ਨਾਨਕ ਦੀ ਜ਼ਬਾਨ ਜਿਹੜੀ ਹੈ ਉਹ ਉਂਝ ਕੰਟੈਂਪਰੇਰੀ ਨਹੀਂ ਹੈਗੀ, ਔਰ ਇਸ ਵਾਸਤੇ ਈਵਨ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਨੇ ਉਹਨਾਂ ਵਿੱਚੋਂ ਅਕਸਰ ਨੂੰ ਬਾਬੇ ਨਾਨਕ ਜੋ ਲਿਖ ਰਿਹਾ ਉਹਦੀ ਸਮਝ ਨਹੀਂ ਆਉਂਦੀ। ਅੱਛਾ, ਹਾਂ, ਮਤਲਬ ਇਹ ਜਿਹੜਾ ਭੁਲੇਖਾ ਹੈ ਨਾ ਕਿ ਜੀ ਜਦੋਂ ਬਾਬੇ ਨਾਨਕ ਨੂੰ ਪੜ੍ਹਿਆ ਜਾਂਦਾ ਹੈ ਅਤੇ ਖਾਸ ਤੌਰ 'ਤੇ ਸਿੱਖ ਜਿਹੜੇ ਨੇ ਉਹਦੇ ਹਰ ਲਫ਼ਜ਼ ਨੂੰ ਸਮਝਦੇ ਨੇ, ਇੰਝ ਨਹੀਂ ਹੈਗਾ, ਕਿਉਂਕਿ ਉਹ ਸੁਦੋਕੜੀ ਹੈ ਔਰ ਉਸ ਜ਼ਮਾਨੇ ਦੀ ਸੁਦੋਕੜੀ ਜ਼ਬਾਨ ਹੈ, ਉਹਦੇ ਵਿੱਚ ਬਹੁਤ ਸਾਰੀ ਵੋਕੈਬਲਰੀ ਜਿਹੜੀ ਹੈ ਉਹ ਹੋਰ ਇਲਾਕਿਆਂ ਤੋਂ ਵੀ ਆਈ ਹੈ ਔਰ ਪੰਜਾਬ ਤੋਂ ਵੀ ਆਈ ਹੈ। ਤੁਸੀਂ ਸਮਝ ਲਓ ਨਾ ਕਿ ਵੀ ਇੱਕ ਫਿਲੋਸੋਫਿਕਲ ਡਿਸਕੋਰਸ ਦੀ ਜ਼ਬਾਨ ਹੈ ਉਹ, ਕਿਉਂਕਿ ਬਾਬੇ ਨਾਨਕ ਦਾ ਜ਼ਿਆਦਾ ਜਿਹੜਾ ਇੰਟਰੈਕਸ਼ਨ ਹੈ ਉਹ ਉਹਨਾਂ ਲੋਕਾਂ ਦੇ ਨਾਲ ਹੋਇਆ ਜਾਂ ਉਹਨਾਂ ਲੋਕਾਂ ਨਾਲ ਕੀਤਾ ਜਿਹਨਾਂ ਜਿਹੜੇ ਕਿ ਵਿਚਾਰਧਾਰਾ ਦੇ ਵਿੱਚ ਸਨ। ਸੋ ਇਹ ਇੱਕ ਬਹੁਤ ਕੰਸਨਟ੍ਰੇਟਿਡ ਕਿਸਮ ਦੀ ਸਮਝ ਲਓ ਇੱਕ ਐਫਰਟ ਸੀਗੀ ਬਾਬੇ ਨਾਨਕ ਦੀ। ਲੇਕਿਨ ਇਹ ਹੈ ਕਿ ਇੱਕ ਜਿਹੜਾ ਥੀਮ ਹੈ ਬਾਬੇ ਨਾਨਕ ਦੇ ਵਿੱਚ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਬਾਅਦ 'ਚ ਵਾਰਸ ਸ਼ਾਹ ਤਾਈਂ ਆਇਆ, ਉਹ ਮੈਂ ਨਹੀਂ ਮੈਨੂੰ ਨਹੀਂ ਪਤਾ ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਸੀ ਕਿ ਨਹੀਂ ਸੀ ਪੜ੍ਹਿਆ, ਲੇਕਿਨ ਵਾਰਸ ਸ਼ਾਹ ਤੱਕ ਆਇਆ। ਉਹ ਹੈ ਕਿ ਤਿੰਨ ਧਿਰਾਂ ਨੂੰ ਜਿਹੜਾ ਨਾ ਬਾਬੇ ਨਾਨਕ ਨੇ ਐਕਸਟ੍ਰੀਮਲੀ ਕੰਡੈਮ ਕੀਤਾ, ਇੱਕ ਤਾਂ ਬ੍ਰਾਹਮਣ, ਦੂਜੇ ਮੁੱਲਾਂ ਔਰ ਤੀਜੇ ਜੋਗੀ। ਮਤਲਬ ਬਾਬਾ ਸਮਝਦਾ ਸੀ ਕਿ ਇਹ ਤਿੰਨੇ ਜਿਹੜੇ ਨੇ ਜਾਂ ਤਾਂ ਮਿਸਲੀਡ ਕਰ ਰਹੇ ਨੇ ਲੋਕਾਂ ਨੂੰ, ਜਾਂ ਇਹ ਲੋਕਾਂ ਨੂੰ ਆਪਣਾ, ਜਾਂ ਇਹ ਬੇਕਾਰ ਲੋਕ ਨੇ, ਠੀਕ ਹੈ, ਆਪਣੀ ਫੇਵਰ ਜ਼ਿਆਦਾ ਉਹ ਕਰਨਾ ਨਹੀਂ। ਮਤਲਬ ਇਹ ਹੈ ਕਿ ਇਹਨਾਂ ਦਾ ਕੋਈ ਫੰਕਸ਼ਨ ਨਹੀਂ ਹੈਗਾ। ਮਿਸਾਲ ਦੇ ਤੌਰ 'ਤੇ ਬਾਬਾ ਨਾਨਕ ਦੇਖੋ ਐਸ ਦੇ ਵਿੱਚ ਕਹਿੰਦੇ ਨੇ ਕਿ ਉਹ ਬੰਦਾ ਜਿਹਦੇ ਕੋਲ ਅਕਲ ਨਹੀਂ ਹੈਗੀ ਉਹ ਮਜ਼ਹਬੀ ਗੀਤ ਗਾਉਂਦਾ ਫਿਰ ਰਿਹਾ, ਭੁੱਖਾ ਮੁੱਲਾ ਜਿਹੜਾ ਹੈ ਉਹ ਆਪਣੇ ਘਰ ਨੂੰ ਮਸੀਤ ਬਣਾ ਲੈਂਦਾ, ਔਰ ਉਹ ਬੰਦਾ ਜਿਹਨੂੰ ਨੌਕਰੀ ਨਹੀਂ ਮਿਲਦੀ, ਕੋਈ ਕੰਮ ਨਹੀਂ ਮਿਲਦਾ, ਉਹ ਜੋਗੀ ਬਣ ਜਾਂਦਾ। ਦ ਅਨਇੰਪਲੋਇਡ ਯੋਗੀ ਹੈਜ਼ ਪੀਰਸਡ ਹਿਜ਼ ਈਅਰ, ਉਹ ਕੰਨ ਪੜਵਾ ਕੇ ਜੋਗੀ ਬਣ ਜਾਂਦਾ ਹੈ। ਉਹ ਹੀ ਲਿਵਸ ਇਨ ਪਾਵਰਟੀ ਐਂਡ ਗਿਵਸ ਅਪ ਹਿਜ਼ ਆਨਰ, ਦੈਟਸ ਵਟ ਹੀ ਇਜ਼ ਸੇਇੰਗ ਅਬਾਊਟ ਜੋਗੀ। ਉਹ ਆਪਣੀ ਅਣਖ ਵੀ ਮੁਕਾ ਦਿੰਦਾ ਹੈ ਔਰ ਗੁਰਬਤ ਦੇ ਵਿੱਚ ਰਹਿੰਦਾ ਹੈ। ਔਰ ਫਿਰ ਕੁਝ ਹੋਰ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਅਤੇ ਪੀਰ ਕਹਿੰਦੇ ਨੇ, ਅਤੇ ਗੁਰੂ ਅਤੇ ਪੀਰ ਕਹਿੰਦੇ ਕਹਿ ਕਹਿ ਕੇ ਆਪਣੇ ਆਪ ਨੂੰ ਵੀ ਮੰਗਤੇ ਬਣੇ ਫਿਰਦੇ ਨੇ, ਕਦੀ ਇਸ ਮਰੀਜ਼ ਕੋਲ ਚਲੇ ਗਏ, ਕਦੀ ਉਸ ਮਰੀਜ਼ ਕੋਲ ਚਲੇ ਗਏ।
ਕਹਿੰਦਾ ਬਾਬਾ ਕਹਿੰਦਾ ਹੈ ਕਿ ਕਦੀ ਵੀ ਕਿਸੇ ਦੇ ਪੈਰਾਂ ਨੂੰ ਹੱਥ ਨਾ ਲਾਓ। ਅਤੇ ਸਿਰਫ ਆਪਣੇ ਕੰਮ ਦੀ ਕਰਤ ਦੀ ਆਪਣੇ ਹੱਥਾਂ ਦੀ ਕਰਕੇ ਖਾਓ। ਲੇਕਿਨ ਬਾਬਾ ਇਹ ਵੀ ਕਹਿੰਦਾ ਹੈ ਕਿ ਇੱਕ ਜਿਹੜੀ ਆਪਣਾ ਡਾਊਨ ਟੋਡਨ ਕਲਾਸ ਹੈ ਉਹਦੇ ਨਾਲ ਬਾਬੇ ਦੀ ਇੱਕ ਆਪਣੀ ਪਿਆਰ ਹੈ, ਇੱਕ ਆਪਣਾ ਮੁਹੱਬਤ ਹੈ। ਮਸਲਨ ਬਾਬਾ ਕਹਿੰਦਾ ਹੈ ਕਿ ਦੋਜ਼ ਹੂ ਆਰ ਲੋਐਸਟ ਆਫ ਦਾ ਲੋ ਕਲਾਸ, ਵੈਰੀ ਲੋਐਸਟ ਆਫ ਦਾ ਲੋ, ਨਾਨਕ ਸੀਕਸ ਦਾ ਕੰਪਨੀ ਆਫ ਦੋਜ਼। Nothingness ala aa gaya na, nothingness Nanak seeks the company of those for what benefit can be derived from imitating the high class. Matlab Nanak maadiyan to maadiyan de naal apni judat karda hai. Eh jehde ameer ne na ko Nanak nu ki hasil hai. The place where the lowly are cared for, it is only there your merciful glance and grace understood. jithe maade aur nithaviyan di jithe koi take care kiti jandi hai utthe hai jithe rab rehnda hai. So matlab eh hai ki Guru Nanak di jehdi puri philosophy hai ohde vich ਜਿਹੜੀ ਲੋਕਾਂ ਦੇ ਨਾਲ ਪਿਆਰ ਹੈ, ਲੋਕਾਂ ਦੇ ਨਾਲ ਮੁਹੱਬਤ ਹੈ, ਔਰ ਡਾਊਨ ਟੋਡਨ ਲੋਕਾਂ ਦੇ ਨਾਲ ਖਾਸ ਤੌਰ 'ਤੇ ਮੁਹੱਬਤ ਹੈ, ਉਹ ਬਹੁਤ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ। ਪਰ ਇਹ ਹੈ ਕਿ ਬਾਬੇ ਨਾਨਕ ਨੇ ਜਿਹੜੀ ਜਿਵੇਂ ਪਹਿਲੇ ਕਿਹਾ ਸੀਗਾ ਕਿ ਸਿਰਫ ਇਹ ਨਹੀਂ ਕੀਤਾ ਕਿ ਉਹਨੇ ਇਹ ਗੀਤਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉਹਨੇ ਬਾਬੇ ਨਾਨਕ ਨੇ ਪੂਰੇ ਸਿਸਟਮ ਨੂੰ ਸਮਝ ਕੇ, ਜਿਹੜਾ ਕਿ ਮੈਂ ਕਿਹਾ ਕਿ ਪਟਵਾਰੀ ਦੇ ਪੁੱਤਰ ਹੋਣ ਤੋਂ ਲੈ ਕੇ ਅਤੇ ਵਜ਼ੀਰ ਖਜ਼ਾਨਾ ਹੋਣ ਤੱਕ ਜਿਹੜੇ ਉਹਨੇ ਨੌਲੇਜ ਹਾਸਿਲ ਕੀਤਾ ਸੀ, ਔਰ ਜਿਹੜਾ ਉਹਨੇ ਮਤਲਬ ਕੋਈ 24,000 ਮੀਲ ਅਤੇ ਪੈਦਲ ਸਫ਼ਰ ਕੀਤਾ ਆਪਣੇ ਪੈਰਾਂ 'ਤੇ, ਤਕਰੀਬਨ 24,000 ਜਿੱਥੋਂ ਤੱਕ ਮੈਨੂੰ ਯਾਦ ਹੈ, 42,000 ਟੋਟਲ ਬਣਦਾ ਹੈ ਜਿਹੜਾ ਉਹਨਾਂ ਨੇ ਸਫ਼ਰ ਕੀਤਾ। ਉਹਦੇ ਵਿੱਚ ਜਿਹੜਾ ਉਹਨਾਂ ਨੇ ਨੌਲੇਜ, ਜਿਹੜਾ ਇਲਮ, ਜਿਹੜਾ ਗਿਆਨ ਹਾਸਿਲ ਕੀਤਾ, ਉਹਦੇ ਨਾਲ ਉਹਨਾਂ ਨੇ ਪੂਰੀ ਜਿਹੜੀ ਬੇਸਿਕ ਫਿਲਾਸਫੀ ਹੈ, ਵਿਚਾਰਧਾਰਾ ਹੈ, ਉਹਨੂੰ ਉਹਨਾਂ ਨੇ ਮਿਥਿਆ, ਔਰ ਜੋ ਆਪਣੇ ਵੇਲੇ ਦੇ ਸਮਾਜਿਕ ਔਰ ਜਿਹੜੇ ਰਹਿਤਲ ਔਰ ਵਸੇਬ ਦੇ ਜਿਹੜੇ ਸਾਰੇ ਸਵਾਲ ਸਨ ਉਹਨਾਂ ਸਾਰਿਆਂ ਨੂੰ ਹੀ ਨਿਖੇੜਨ ਦੀ ਕੋਸ਼ਿਸ਼ ਕੀਤੀ। ਅੱਛਾ, ਇੱਕ ਗੱਲ ਤਾਂ ਐਸਟੈਬਲਿਸ਼ ਹੁੰਦੀ ਹੈ ਨਾ ਕਿ ਜੀ ਮੁਸਲਮਾਨਾਂ ਦੇ ਨਾਲ ਬੜਾ ਕਲੋਜ਼ ਕੋਂਟੈਕਟ ਸੀ, ਕਿਉਂਕਿ ਉਹ ਮੱਕੇ ਮਦੀਨੇ ਵੀ ਗਏ, ਫਿਰ ਇੱਕ ਬਹੁਤ ਪਿਆਰਾ ਦੋਸਤ ਵੀ ਨਾਲ ਹੈ ਜੋ ਕਿ ਮੁਸਲਮਾਨ ਹੈ, ਮਰਦਾਨਾ ਸਿੰਘ, ਮਰਦਾਨਾ ਭਾਈ। ਡਿਕਸ਼ਨ ਦੀ ਵੀ ਗੱਲ ਹੋਈ, ਚਲੋ ਡਿਕਸ਼ਨ ਨਜ਼ਰ, ਇਹ ਜਿਹੜਾ ਕਿਹਾ ਜਾਂਦਾ ਹੈ ਔਰ ਸਵਾਲ ਮੇਰਾ ਹੈ ਕਿ ਕਿਆ ਇਹ ਮਿਥ ਹੈ ਜਾਂ ਇਹ ਰਿਐਲਿਟੀ ਹੈ ਕਿ ਜੀ ਬਾਬਾ ਫਰੀਦ ਕੋਲੋਂ ਇਹਨਾਂ ਨੇ ਬਹੁਤ ਜ਼ਿਆਦਾ ਐਕਸਟ੍ਰੈਕਟ ਕੀਤਾ, ਕਿਆ ਦਰੁਸਤ ਹੈ? ਕਿਉਂਕਿ ਮੇਰਾ ਖਿਆਲ ਹੈ ਕਿ ਜਿਹੜਾ ਲਫ਼ਜ਼ ਐਕਸਟ੍ਰੈਕਟ ਕਰਨ ਦਾ ਨਾ ਉਹ
ਸ਼ਾਇਦ ਬਹੁਤ ਠੁਕਵਾਨੀ ਹੈਗਾ, ਕਿਉਂਕਿ ਫਰੀਦ ਦਾ ਕਲਾਮ ਜਿਹੜਾ ਹੈ, ਫਰੀਦ ਦਾ ਕਲਾਮ ਤਾਂ ਨੋਨ ਨਹੀਂ ਸੀ ਹੈਗਾ। ਫਰੀਦ ਦਾ ਕਲਾਮ 'ਤੇ ਜਾ ਕੇ ਬਾਬਾ ਨਾਨਕ ਨੇ ਖੁਦ ਐਕਸਟ੍ਰੈਕਟ ਕੀਤਾ ਉੱਥੋਂ, ਔਰ ਉਹਨੂੰ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਅਰਜਨ ਨੇ ਸ਼ਾਮਿਲ ਕੀਤਾ। ਅਤੇ ਮਤਲਬ ਇਹ ਹੈ ਕਿ ਬਾਬਾ ਫਰੀਦ ਦੇ ਕਲਾਮ ਤੋਂ ਪਹਿਲੇ ਗੁਰੂ ਨਾਨਕ ਜੀ ਬਹੁਤ ਕੁਛ ਲਿਖ ਚੁੱਕੇ ਸਨ। ਅੱਛਾ, ਉਹਨਾਂ ਦਾ ਬੇਸਿਕ ਡਿਕਸ਼ਨ, ਉਹਨਾਂ ਦੀ ਬੇਸਿਕ ਜਿਹੜੀ ਫਿਲਾਸਫੀ ਸੀ, ਉਹਨਾਂ ਦੀ ਬੇਸਿਕ ਜਿਹੜੀ ਪਹਿਲੇ ਐਸਟੈਬਲਿਸ਼ ਹੋ ਚੁੱਕੀ ਰਾਈਟਿੰਗ ਸਟਾਈਲ ਸੀ, ਉਹ ਐਸਟੈਬਲਿਸ਼ ਹੋ ਚੁੱਕਿਆ ਸੀ। ਠੀਕ ਹੈ। ਬਾਬੇ ਫਰੀਦ, ਬਾਬਾ ਫਰੀਦ ਦਾ ਜਿਹੜਾ ਕਲਾਮ ਉਹਨਾਂ ਨੇ ਕੁਲੈਕਟ ਕੀਤਾ, ਉਹ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਕੁਲੈਕਟ ਕੀਤਾ ਕਿ ਇਹ ਵੀ ਇੱਕ ਮੇਰੇ ਗਰਾ ਬੰਦਾ ਸੀ, ਇਹ ਵੀ ਇੱਕ ਮੇਰੇ ਗਰਾ ਵਿਚਾਰਵਾਨ ਸੀ, ਸੂਝਵਾਨ ਸੀ, ਇਹ ਵੀ ਉਹ ਗੱਲਾਂ ਉਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਜਿਸ ਤਰ੍ਹਾਂ ਦੀਆਂ ਮੈਂ ਕਰਨਾ, ਅਤੇ ਇਸ ਹਿਸਾਬ ਨਾਲ ਕੀਤਾ। ਲੇਕਿਨ ਦੂਜੀ ਗੱਲ ਇਹ ਹੈ ਕਿ ਚੂੰਕਿ ਦੋਨੋਂ ਪੰਜਾਬ ਦੇ ਵਿੱਚ, ਪੰਜਾਬ ਦੇ ਵਿਚਾਰਵਾਨ ਨੇ, ਸੂਝਵਾਨ ਨੇ, ਇਸ ਵਾਸਤੇ ਉਹਨਾਂ ਵਿੱਚ ਇੱਕ ਸੁਸਾਇਟੀ 'ਚ ਰਹਿ ਰਹੇ ਨੇ। ਠੀਕ ਹੈ, ਸਦੀਆਂ ਦਾ ਫਰਕ ਹੈ, ਪਰ ਇਹ ਹੈ ਕਿ ਉਹਨਾਂ ਦੇ ਵਿੱਚ ਸਾਂਝ ਵੀ ਤਾਂ ਹੋਏਗੀ, ਭਾਵੇਂ ਇੱਕ ਦੂਜੇ ਦੇ ਕਲਾਮ ਨੂੰ ਪੜ੍ਹਿਆ ਹੋਵੇ ਜਾਂ ਨਾ ਪੜ੍ਹਿਆ ਹੋਵੇ ਉਹਨਾਂ ਨੇ, ਠੀਕ ਹੈ, ਭਾਵੇਂ ਇੱਕ ਦੂਜੇ ਨੂੰ ਜਾਣਦੇ ਹੋਣ ਜਾਂ ਨਾ ਜਾਣਦੇ ਹੋਣ, ਸੋ ਉਹ ਸਾਂਝ ਤਾਂ ਹੈਗੀ ਹੈ। ਮਤਲਬ ਬਹੁਤ ਸਾਰੀ ਜਿਹੜੀਆਂ ਸੈਨਤਾਂ ਨੇ, ਰਮਜ਼ਾਂ ਨੇ, ਉਹ ਬਾਬੇ ਨਾਨਕ ਨੇ ਜਿਹੜੀਆਂ ਯੂਜ਼ ਕੀਤੀਆਂ ਨੇ, ਉਹ ਫਰੀਦ ਵਿੱਚ ਵੀ ਤੁਹਾਨੂੰ ਮਿਲਦੀਆਂ ਨੇ। ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਜਿਵੇਂ ਅਸੀਂ ਹੁਣ ਕਹਿੰਦੇ ਹਾਂ ਨਾ ਅੱਜ ਦੇ ਜ਼ਮਾਨੇ 'ਚ ਕਿ ਜੀ ਕਿਸੇ ਨੇ ਗਾਲਬ ਨੂੰ ਪੜ੍ਹਿਆ, ਉਸ ਤੋਂ ਬਾਅਦ ਉਹਨੇ ਗਾਲਬ ਦਾ ਡਿਕਸ਼ਨ ਅਡਾਪਟ ਕੀਤਾ ਕਿਉਂਕਿ ਉਹਨੇ ਪਹਿਲੇ ਗਾਲਬ ਨੂੰ ਪੜ੍ਹ ਲਿਆ ਸੀ ਜਾਂ ਫੈਜ਼ ਨੂੰ ਪੜ੍ਹ ਲਿਆ ਸੀ। ਮੇਰਾ ਖਿਆਲ ਇੰਝ ਨਹੀਂ ਸੀ ਹੈਗਾ। ਅੱਛਾ, ਹਾਂਜੀ, ਮੇਰਾ ਖਿਆਲ ਹੈ ਗੁਰੂ ਨਾਨਕ ਨੇ ਆਪਣਾ ਡਿਕਸ਼ਨ ਜਿਹੜਾ ਆਪਣੀ ਸਮਝ, ਸੋਚ, ਵਿਚਾਰ, ਆਪਣੀਆਂ ਉਦਾਸੀਆਂ, ਆਪਣੀਆਂ ਡਾਇਲਾਗ ਦੇ ਵਿੱਚ ਔਰ ਆਪਣੀ ਫਿਕਰ ਦੇ ਮੁਤਾਬਕ ਜਿਹੜਾ ਮੁਨਾਸਿਬ ਉਹਨਾਂ ਨੂੰ ਲੱਗਦਾ ਸੀ ਕਿ ਇਹ ਫਾਰਮਸ ਹੋਣੀਆਂ ਚਾਹੀਦੀਆਂ ਨੇ ਔਰ ਇਹ ਫਲਾਣੀ ਗੱਲ ਫਲਾਣੇ ਰਾਗ ਵਿੱਚ ਹੋਣੀ ਚਾਹੀਦੀ ਹੈ, ਇਹ ਉਹਨਾਂ ਨੇ ਆਪ ਮਿਥਿਆ ਹੋਇਆ ਸੀ। ਅਤੇ ਇਹ ਮੇਰਾ ਖਿਆਲ ਹੈ ਕਿ, ਲੇਕਿਨ ਇਹ ਗੱਲ ਸਾਨੂੰ ਮੰਨਣੀ ਪੈਂਦੀ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਦਾਨਿਸ਼ਵਰ ਸੀ ਜਾਂ ਸੂਝਵਾਨ ਸੀ ਉਹ ਬਾਬਾ ਨਾਨਕ ਸੀ। ਅੱਛਾ, ਕਿਉਂਕਿ ਉਹਨਾਂ ਕੰਪਰੀਹੈਂਸਿਵ, ਉਨੀ ਡਾਇਮੈਂਸ਼ਨ ਦੇ ਉੱਤੇ ਲਿਖਣ ਵਾਲਾ ਹੋਰ ਕੋਈ ਤੁਹਾਨੂੰ ਸੂਝਵਾਨ ਨਜ਼ਰ ਨਹੀਂ ਆਉਂਦਾ। ਅੱਛਾ, ਬਾਬਾ ਫਰੀਦ ਵੀ ਇੱਕ ਫਿਲਾਸਫਰ ਵੀ ਸਨ, ਇੱਕ ਪੋਇਟ ਵੀ ਸਨ ਔਰ ਇੱਕ ਮਤਲਬ ਉਹਨਾਂ ਨੇ ਇੱਕ ਨਵੀਂ ਫਿਰ ਮਤਲਬ ਸਰਗ ਸਟਾਰਟ ਕੀਤਾ। ਬਾਬਾ ਨਾਨਕ ਦੇ ਬਾਰੇ ਵੀ ਇਹ ਕਿਹਾ ਜਾਂਦਾ, ਉਸ ਤੋਂ ਬਾਅਦ ਵੀ ਬਾਅਦ ਜਿੰਨੇ ਵੀ ਪੰਜਾਬ ਜਿੰਨੇ ਵੱਡੇ ਸ਼ਾਇਰ, ਕਲਾਸੀਕਲ ਸ਼ਾਇਰ ਹੈ, ਉਹਨਾਂ ਸਾਰੇ ਦੇ ਬਾਰੇ ਇਹ ਕਿਹਾ ਜਾਂਦਾ। ਇਹ ਰਿਲੀਜਨ ਵਾਲਾ ਜਿਹੜਾ ਨਵਾਂ ਰਿਲੀਜਨ ਇੰਟਰੋਡਿਊਸ ਕਰਨਾ ਔਰ ਹੋਣਾ, ਉਹ ਕਿਸ ਤਰ੍ਹਾਂ ਹੋਇਆ? ਮੇਰਾ ਆਪਣਾ ਇਹ ਖਿਆਲ ਹੈ ਕਿ ਬਾਬਾ ਨਾਨਕ ਕੋਈ ਰਿਲੀਜਨ ਨਹੀਂ ਸੀ ਸਟਾਰਟ ਕਰ ਰਿਹਾ। ਮੈਂ ਜਿੱਥੋਂ ਤੱਕ ਮੈਂ ਉਹਨਾਂ ਨੂੰ ਪੜ੍ਹਿਆ ਹੈ ਜਾਂ ਉਹਨਾਂ ਦੀ ਰਾਈਟਿੰਗਸ ਪੜ੍ਹੀਆਂ ਨੇ, ਉਹਨਾਂ ਨੂੰ ਉਹਨਾਂ ਦਾ ਕੋਈ ਐਸਾ ਕੋਈ ਇਰਾਦਾ ਨਹੀਂ ਸੀ ਹੈਗਾ ਕਿ ਇੱਕ ਨਵਾਂ ਕੋਈ ਮਜ਼ਹਬ ਸਟਾਰਟ ਕਰ ਰਹੇ ਨੇ। ਅੱਛਾ, ਉਹ ਇੱਕ ਨਵੀਂ ਇੱਕ ਸੰਗਤ ਸਟਾਰਟ ਕਰ ਰਹੇ ਸਨ ਜਿਹਦੇ ਵਿੱਚ ਉਹ ਆਪਣੇ ਖਿਆਲਾਤ ਪ੍ਰੀਚ ਕਰਦੇ ਨੇ। ਠੀਕ ਹੈ, ਔਰ ਇਹ ਅੱਜ ਵੀ ਹੋ ਰਿਹਾ ਕਿ ਬਈ ਹਰ ਦਾਨਿਸ਼ਵਰ ਜਿਹੜਾ ਹੁੰਦਾ ਹੈ ਉਹ ਆਪਣੀ ਸੋਚ ਦੇ ਬੰਦਿਆਂ ਨੂੰ ਉਹਦੇ ਹਲਕੇ ਬਣ ਜਾਂਦੇ ਨੇ। ਹਾਂ, ਉਹ ਹਲਕੇ ਬਣਦੇ ਸਨ, ਲੇਕਿਨ ਉਹ ਜਿਹੜੀ ਬਾਬੇ ਨਾਨਕ ਦੀ ਸੰਗਤ ਸੀ
ਉਹਦੇ ਵਿੱਚ ਪੋਟੈਂਸ਼ੀਅਲ ਹੈਗਾ ਸੀਗਾ ਇੱਕ ਔਰਗਨਾਈਜ਼ਡ ਰਿਲੀਜਨ ਬਣਨ ਦਾ, ਇਸ ਲਈ ਉਹ ਬਣ ਗਿਆ, ਔਰ ਇੱਕ ਔਰਗਨਾਈਜ਼ਡ ਮੂਵਮੈਂਟ ਬਣਨ ਦਾ, ਇਸ ਲਈ ਉਹ ਬਣ ਗਿਆ। ਠੀਕ ਹੈ, ਲੇਕਿਨ ਮੇਰਾ ਨਹੀਂ ਖਿਆਲ ਕਿ ਬਾਬੇ ਨਾਨਕ ਨੂੰ ਆਪਣਾ ਕੋਈ ਉਹਨਾਂ ਨੇ ਕੋਈ ਖਾਸ ਤੌਰ 'ਤੇ ਇਹ ਘੜਿਆ ਸੀ, ਮਿਥਿਆ ਸੀ ਕਿ ਮੈਂ ਮਜ਼ਹਬ ਬਣਾਉਣਾ ਹੈ ਅਤੇ ਉਹਦਾ ਨਾਂ ਸਿੱਖ ਮਤ ਹੋਏਗਾ ਅਤੇ ਉਹ ਇਹ ਕਰੇਗਾ ਅਤੇ ਇਹ ਕਰੇਗਾ। ਮੇਰੇ ਖਿਆਲ ਇਸ ਤਰ੍ਹਾਂ ਦੀ ਗੱਲ, ਲੇਕਿਨ ਉਹਦੀ ਵਡਾਈ ਇਤਨੀ ਸੀ ਕਿ ਉਹ ਅਖੀਰ ਇਹ ਰਿਲੀਜਨ ਸਟਾਰਟ ਹੋ ਗਿਆ। ਹਾਂ ਅੱਛਾ ਅੱਛਾ, ਹੁਣ ਜਾਂਦੇ ਜਾਂਦਾ ਇੱਕ ਗੱਲ ਇਹਦੇ 'ਤੇ ਵੀ ਹੋ ਜਾਏ ਕਿ ਬਾਬਾ ਫਰੀਦ ਨੇ ਵੀ ਆਪਣਾ ਜਿਹੜਾ ਅੱਗੇ ਕਿਸੇ ਨੂੰ ਚਿਸ਼ਤੀਆ ਉਹਦਾ ਜਿਹੜਾ ਨਾਮਜ਼ਦ ਕੀਤਾ ਉਹ ਕਿਸੇ ਹੋਰ ਨੂੰ ਕੀਤਾ, ਆਪਣੇ ਸ਼ਾਗਿਰਦ ਨੂੰ ਕੀਤਾ, ਫੈਮਿਲੀ 'ਚੋਂ ਕਿਸੇ ਨੂੰ ਨਹੀਂ, ਖਾਨਦਾਨ 'ਚੋਂ ਕਿਸੇ ਨੂੰ ਨਹੀਂ। ਬਾਬਾ ਨਾਨਕ ਨੇ ਵੀ ਆਪਣੇ ਇੱਕ ਸ਼ਾਗਿਰਦ ਨੂੰ ਅੱਗੇ ਸਾਰਾ ਆਪਣਾ ਕੁਛ ਉਹ ਕਰਤਾ, ਉਹ ਫੈਮਿਲੀ 'ਚੋਂ ਕਿਸੇ ਨਹੀਂ ਕੀਤਾ। ਇਹ ਜਿਹੜੀ ਟ੍ਰੈਡੀਸ਼ਨ ਦੇਖਣ 'ਚ ਆਉਂਦੀ ਹੈ ਪੰਜਾਬੀ ਸ਼ਾਇਰਾਂ 'ਚ ਔਰ ਫਿਲੋਸਫਰਸ 'ਚ ਔਰ ਜਿਤਨੇ ਵੀ ਕਲਾਸੀਕਲ ਪੋਇਟਸ 'ਚ, ਕਿਉਂਕਿ ਸਾਡੀ ਸੀਰੀਜ਼ ਹੈ ਤਾਂ ਉਸ ਹਵਾਲੇ ਦੇ ਨਾਲ, ਇਹ ਦਿਸ ਇਜ਼ ਵੈਰੀ ਫੈਸੀਨੇਟਿੰਗ ਟੂ ਮੀ ਕਿ ਉਹਨਾਂ ਨੇ ਇਹ ਇਹਨਾਂ ਨੇ ਕਿਉਂ ਅੱਗੇ ਸਿਰਫ ਇਹ ਕਿ ਆਪਣੇ ਸ਼ਾਗਿਰਦ ਨੂੰ ਕੀਤਾ ਔਰ ਫੈਮਿਲੀ 'ਚ ਕਿਸੇ ਨੇ ਕੀਤਾ, ਕਿਆ ਫੈਮਿਲੀ ਵਾਲੇ ਮੰਨਦੇ ਸਨ? ਮਤਲਬ ਨਹੀਂ, ਮਤਲਬ ਇਹ ਦੇਖੋ ਨਾ ਜੀ, ਤੁਸੀਂ ਬਾਬੇ ਨਾਨਕ ਦਾ ਸਿੱਧਾ ਸਿੱਧਾ ਲਾ ਲਓ, ਬਾਬੇ ਨਾਨਕ ਦਾ ਤਾਂ ਬੜਾ ਸਿੱਧਾ ਹਿਸਾਬ ਹੈ ਕਿ ਬਾਬੇ ਨਾਨਕ ਨੇ ਤਾਂ ਆਪਣਾ ਜਿਹੜੀ ਘਰਦਾਰੀ ਸੀ ਉਹ ਛੱਡ ਦਿੱਤੀ, ਔਰ ਉਹਨਾਂ ਨੇ ਕਿਹਾ ਕਿ ਬਈ ਮੈਂ ਸਿਰਫ ਆਪਣੀ ਘਰਦਾਰੀ ਤੱਕ ਜਿਹੜਾ ਆਪਣੇ ਆਪ ਨੂੰ ਸੀਮਿਤ ਨਹੀਂ ਕਰਾਂਗਾ, ਮਹਦੂਦ ਨਹੀਂ ਕਰਾਂਗਾ, ਬਲਕਿ ਮੈਂ ਆਪਣੇ ਹਰ ਇਨਸਾਨ ਨੂੰ ਨਵੀਂ ਅੱਖ ਨਾਲ ਵੇਖਾਂਗਾ ਔਰ ਹਰ ਇਨਸਾਨ ਨੂੰ ਬਰਾਬਰ ਸਮਝਾਂਗਾ। ਠੀਕ ਹੈ, ਫਿਰ ਜਦੋਂ ਉਹਨਾਂ ਨੇ ਸੰਗਤ ਆਪਣੀ ਬਣਾ ਲਈ, ਜਦੋਂ ਉਹਨਾਂ ਦੀ ਇਰਦ ਗਿਰਦ ਲੋਕ ਜਮ੍ਹਾਂ ਹੋ ਗਏ, ਉਹਨਾਂ ਦੀ ਸੰਗਤ ਵਿੱਚ ਆ ਗਏ, ਅਤੇ ਫਿਰ ਉਹ ਇਹ ਕਿਵੇਂ ਕਰ ਸਕਦੇ ਸਨ ਕਿ ਉਹ ਆਪਣਾ ਦੁਬਾਰਾ ਟੱਬਰ ਵੱਲ ਚਲ ਜਾਂਦੇ? ਇਸ ਵਾਸਤੇ ਉਹ ਦੁਬਾਰਾ ਟੱਬਰ ਵੱਲ ਨਹੀਂ ਗਏ, ਔਰ ਇਸ ਵਾਸਤੇ ਉਹਨਾਂ ਨੇ ਜਿਹੜਾ ਹੈ ਉਹ ਜਿਹੜੀ ਸੰਗਤ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਲੱਗਾ ਕਿ ਸਭ ਤੋਂ ਜ਼ਿਆਦਾ ਅਹਿਲ ਆਦਮੀ ਹੈ, ਉਸ ਬੰਦੇ ਨੂੰ ਉਹਨਾਂ ਨੇ ਨੋਮੀਨੇਟ ਕਰਤਾ। ਅਤੇ ਚੂੰਕਿ ਬਾਬੇ ਨਾਨਕ ਦਾ ਕੋਈ ਦੇਖੋ ਨਾ, ਇੱਕ ਉਹਨਾਂ ਦੀ ਜਿਹੜਾ ਰਹਿਤ ਬਹਿਤ ਸੀ, ਜਿਹੜੀ ਉਹਨਾਂ ਦੀ ਲਿਵਿੰਗ ਸਟਾਈਲ ਸੀ, ਉਹਦੇ ਵਿੱਚ ਕੋਈ ਦੌਲਤ ਜਮ੍ਹਾਂ ਕਰਨਾ, ਕੋਈ ਪ੍ਰਾਪਰਟੀ ਬਣਾਉਣਾ, ਕੋਈ ਇਸ ਤਰ੍ਹਾਂ ਤਾਂ ਸ਼ਾਮਿਲ ਨਹੀਂ ਸੀ ਹੈਗਾ। ਇਹ ਅਸਲ ਦੇ ਵਿੱਚ ਸਾਰਾ ਜਿਹੜਾ ਕਿੱਸਾ ਹੈਗਾ ਹੈ, ਜਿਹੜੀ ਖਾਨਦਾਨ ਦੇ ਵਿੱਚ ਰੱਖਿਆ ਜਾਂਦਾ ਹੈ ਆਪਣੀ ਅਗਲੀਆਂ ਨਸਲਾਂ ਨੂੰ ਜਾਇਦਾਦ, ਮਤਲਬ ਉਹਦੇ ਵਿੱਚ ਜਾਇਦਾਦ ਦਾ ਬੜਾ ਹੱਥ ਹੁੰਦਾ ਹੈ। ਮਤਲਬ ਇਹ ਹੈ ਕਿ ਚੂੰਕਿ ਸੁਰਵਰਦੀਆ ਫਿਰਕਾ ਜਿਹੜਾ ਸੀ ਬਹਾਉਦੀਨ ਜ਼ਕਰੀਆ ਦਾ, ਚੂੰਕਿ ਉਹਨਾਂ ਦੀ ਜਾਇਦਾਦ ਬੜੀ ਸੀਗੀ, ਬਾਦਸ਼ਾਹਾਂ ਤਰ੍ਹਾਂ ਰਹਿੰਦੇ ਸਨ, ਤਾਂ ਉੱਥੇ ਜਾਇਦਾਦ ਦਾ ਵੀ ਤਾਂ ਮਸਲਾ ਸੀ। ਬਾਬੇ ਫਰੀਦ ਕੋਲ ਤਾਂ ਹੈ ਹੀ ਕੁਛ ਨਹੀਂ ਸੀ। ਠੀਕ ਹੈ, ਹਾਂ ਬਿਲਕੁਲ, ਬਿਲਕੁਲ ਦਿੱਤਾ ਗਿਆ ਉਹਨਾਂ ਨੇ, ਉਹ ਵੀ ਮਨਾ ਕਰਤਾ ਕਿ ਮੈਨੂੰ ਨਹੀਂ ਚਾਹੀਦਾ। ਠੀਕ, ਬਾਬਾ ਹੈ ਹੀ ਕੋਈ ਨਹੀਂ ਸੀ, ਇਹੋ ਹੀ ਹਾਲ ਬਾਬਾ ਨਾਨਕ ਦਾ ਸੀ। ਉਹਨਾਂ ਨੇ ਕੁਛ ਜਮ੍ਹਾਂ ਹੀ ਨਹੀਂ ਸੀ ਕੀਤਾ ਹੋਇਆ, ਉਹਨਾਂ ਨੇ ਕੋਈ ਜ਼ਮੀਨਾਂ ਨਹੀਂ ਸੀ ਬਣਾਈਆਂ, ਕੋਈ ਬਾਦਸ਼ਾਹਾਂ ਤਾਂ ਰਹਿੰਦੇ ਨੇ ਸਨ ਜਿਹੜਾ ਉਹਨਾਂ ਨੇ ਪਾਸ ਆਨ ਕਰਨਾ ਸੀ। ਲਿਹਾਜ਼ਾ ਉਹਨਾਂ ਨੂੰ ਕੋਈ ਸੋਚਿਆ ਵੀ ਨਹੀਂ ਹੋਣਾ ਕਿ ਵੀ ਮੈਂ ਕਿਹਨੂੰ ਕੀ ਚੀਜ਼ ਪਾਸ ਆਨ ਕਰਨੀ ਹੈ, ਮੈਂ ਤਾਂ ਆਈਡੀਆਲੋਜੀ ਪਾਸ ਆਨ ਕਰਨੀ ਹੈ। ਠੀਕ ਹੈ, ਤਾਂ ਆਈਡੀਆਲੋਜੀ ਪਾਸ ਆਨ ਤਾਂ ਉਹਨੂੰ ਕਰਨੀ ਚਾਹੀਦੀ ਹੈ ਜਿਹੜਾ ਕਿ ਉਸ ਆਈਡੀਆਲੋਜੀ ਨੂੰ ਅੱਗੇ ਲਿਜਾ ਸਕੇ। ਠੀਕ ਹੈ, ਸੋ ਇਸ ਵਾਸਤੇ ਉਹਨਾਂ ਨੇ ਜਿਹੜਾ ਵੀ ਆਪਣੇ ਮੁਕਰਰ ਕੀਤਾ ਆਪਣੇ ਬਾਅਦ, ਉਹ ਉਹਨਾਂ ਨੇ ਉਂਝ ਹੀ ਮੁਕਰਰ ਕੀਤਾ ਕਿ ਜਿਹੜਾ ਉਹਨਾਂ ਦੀ ਆਈਡੀਆਲੋਜੀ ਨੂੰ ਬੈਸਟ ਸਮਝਦਾ ਸੀ ਔਰ ਅੱਗੇ ਲਿਜਾ ਸਕਦਾ ਸੀ। ਠੀਕ, ਅੱਛਾ, ਸਿੱਖ ਮਤ ਉਦੋਂ ਸ਼ੁਰੂ ਹੋ ਗਿਆ ਸੀ ਫਿਰ ਬਾਬਾ ਨਾਨਕ ਦੇ ਹੁੰਦਿਆਂ ਹੀ, ਜਾਂ ਫਿਰ ਇਹ ਕਿ ਬਾਅਦ ਜਾ ਕੇ
मतलब एक बकायदा एक रिलीजन दी फॉर्म उन्हें नहीं उन्हें उन्होंने नहीं, ये बहुत इहदी एवोल्यूशन दे विच्चों गुजरिया। पंजवें गुरु ने, गुरु ग्रंथ साहब नूं, गुरु अर्जन जी ने गुरु ग्रंथ साहब नूं एडिट किया, तो हौली हौली एक ऑर्गनाइज रिलीजन बनया है। बाबे नानक दे वेले च ये कोई ऑर्गनाइज रिलीजन नहीं सी हैगा। तुसी इहनूं वध तों वध इवें कह सकदे हो कि जिवें सूफियां दा एक फिरका हुंदा है ना, जिवें चिश्तिया सन जी या जिवें सुरवर्जिया सन या दूजे सन, तुसी इस तरह दा आर्डर इहनूं कह सकदे हो ठीक कि है एक आर्डर सी ये। लेकिन यह है कि तुसी उहनूं एक ऑर्गनाइज रिलीजन नहीं कह सकते जिवें अज दा सिख मत हैगी है। तो मेरा ख्याल है कि बाबा नानक जिहड़ा ऑर्गनाइज रिलीजन जिहड़ी हैगी है, बाबा ऑर्गनाइज रिलीजन दे हक दे विच है ही नहीं सी, क्योंकि उहदी सारी उम्र जिहड़ी गुजरी वो ऑर्गनाइज रिलीजन नूं कंडम करन च गुजरी, जिहड़े उस वेले दे ऑर्गनाइज रिलीजन सन। और जिन्ने भी जिहड़े सत्था बणा के बैठे सन, भावें वह मुला सन, भावें वह पंडित सन, भावें वह जोगी सन, बाबा तिन्हां नूं कंडम करता रहा, क्योंकि उन्हें पता सी कि तिन्हां दे विच फिर इंट्रस्ट आ जाता। लेकिन इन फैक्टर्स नू ए ते फैक्टर होए ने ना मुल्ला भी जितने भी ने या वो उन्हां नू वो कंडेम तो करदे लेकिन एज रिलीजन उन्होंने इस्लाम नू कभी भी कंडेम नहीं किया या होर बाकी किसी भी रिलीजन नू कंडेम नहीं किया बल्कि उन्होंने जी जड़ी एक एक जड़ी फिलोसफी एंड दे आए ना कि जी इंसान ने सारे और एक खुदा है और जड़ी वहदानियत आला है कि यूनिफिकेशन वो जड़ी है उसनों ही सिर्फ प्रीच किया और उसनों ही फॉलो किया ए क्या जा सकता है। हाँ बिल्कुल, तुसी कह सकते हो। मतलब यह है कि अगर तुसी बहुत ही गौर नाल अगर तुसी वो डिफरेंशिएट करना चाहो, तो तुसी ये कह सकते हो कि जिहड़ी वहदानियत है, अद्वैतवाद है, चूंकि वो मुसलमानां दे विच आलरेडी एस्टैबलिश सी, हस्ती दा एक होना, तो इस वास्ते तुसी कह सकते हो कि बाबा नानक उहदे ज़्यादा क्लोज सन। और चूंकि हिंदू मत दे विच पंडितां दे विच जिहड़ी फिरकेबाजी और कई खुदावां दा होना और कई जातां दा होना और कई असूली, बहुत असूली फर्क सन। मसलन इस्लाम दे विच जात पात नूं नहीं सी मन्निया जांदा जी ठीक है असूली तौर ते। हाँ असूली तौर पर बिल्कुल हाँ सो मतलब ये है कि और सिखिज्म च वी मन्निया जांदा, औरत जिहड़ी है इस्लाम दे विच उवें ते इक्वल ज़्यादा एग्जैक्टली तो उवें ट्रीट नहीं हुंदी जिवें कि सिख मत दे विच इक्वली ट्रीट हुंदी है। ते तुसी कह सकते हो कि जनरली स्पीकिंग जिहड़ी इस्लामिक और ख़ास तौर ते मुसलमान सूफियां दी जिहड़ी फिलासफी सी, बाबा नानक उहदे क्लोज सीगा बजाय दूजिआं दे।